ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਇਹ ਸੁਣ ਕੇ ਖੁਸ਼ੀ ਹੋਏਗੀ ਕਿ ਅੱਜ ਅਸੀਂ ਸੰਗਤ ਸਟੂਡੀਓ ਦੇ ਵਿੱਚ ਆ ਆਪ ਜੀ ਨੂੰ ਆ ਦੁਨੀਆ ਦੇ ਜੋ ਟਾਪ ਹਾਕੀ ਪਲੇਅਰ ਕੋਚ ਇੰਟਰਨੈਸ਼ਨਲ ਲੈਵਲ ਤੇ اور ਆ ਆਫੀਸ਼ੀਅਲ ਹਾਕੀ ਦੇ ਸਰਕਲਾਂ ਦੇ ਵਿੱਚ ਉਹਨਾਂ ਦੇ ਨਾਲ ਇੰਟਰੋਡਿਊਸ ਕਰਾ ਰਹੇ ਹਾਂ ਉਹ ਇੱਕ ਆਪਣੇ ਸਾਰੀ ਕਮਿਊਨਿਟੀ ਵਾਸਤੇ ਖਾਸ ਕਰਕੇ ਨੌਜਵਾਨਾਂ ਵਾਸਤੇ ਇੱਕ ਰੋਲ ਮਾਡਲ ਹਨ ਆਪਾਂ ਉਹਨਾਂ ਦੀ ਲਾਈਫ ਤੇ ਥੋੜਾ ਜਿਆਦਾ ਚਾਨਣ ਪਾਵਾਂਗੇ ਉਹਨਾਂ ਦਾ ਐਕਸਪੀਰੀਅੰਸ ਦੇ ਬਾਰੇ ਉਹਨਾਂ ਤੋਂ ਪੁੱਛਾਂਗੇ ਤੇ ਨਾਲ ਨਾਲ ਹੀ ਆਪਾਂ ਨੂੰ ਜੋ ਉਹ ਗਾਈਡ ਕਰਨਗੇ ਅੱਗੇ ਆਪਣੇ ਨੌਜਵਾਨਾਂ ਬੱਚਿਆਂ ਨੂੰ ਕਿਵੇਂ ਆਪਾਂ ਟ੍ਰੇਨ ਕਰਨਾ ਹੈ ਕਿਵੇਂ ਆਪਾਂ ਇੱਥੇ ਜਿਸ ਤਰ੍ਹਾਂ ਦੀ ਟੀਮ ਉਹਨਾਂ ਦੀ ਸੀ ਉਸ ਤਰ੍ਹਾਂ ਦੀਆਂ ਟੀਮਾਂ ਨੂੰ ਆਪਾਂ ਬਣਾ ਸਕਦੇ ਹਾਂ ਇੱਥੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਜੋ ਹੁਣ ਸਾਹਮਣੇ ਹਨ ਉਹ ਹਨ ਸਰਦਾਰ ਅਵਤਾਵਰ ਸਿੰਘ ਜੀ ਸੋਹਲ ਇੱਕ ਕੈਨੇਡਿਆ ਦੇ ਵੈਲ ਨੂਨ ਇੰਟਰਨੈਸ਼ਨਲ ਹਾਕੀ ਪਲੇਅਰ ਤੇ ਕੈਪਟਨ ਆਫ ਦੀ ਨੈਸ਼ਨਲ ਟੀਮ ਐਸ ਵੈਲ ਤਿੰਨ 올림픽s ਵਿੱਚ ਅਨਨ ਕੈਪਟਨਸ਼ਿਪ ਕੀਤੀ ਹੈ ਤੇ ਉਸ ਤੋਂ ਬਾਅਦ ਇਹ ਆਫੀਸ਼ੀਅਲ ਵੱਡੇ ਵੱਡੇ ਫੰਕਸ਼ਨਾਂ ਤੇ ਹੁਰਕਾ ਹੀ ਹੋਕੀ ਸਰਕਲਾਂ ਦੇ ਵਿੱਚ ਵੀ ਕੋਚਿੰਗ ਐਂਡ ਟ੍ਰੇਨਿੰਗ ਹੋਕੀ ਦੀ ਡਿਵੈਲਪਮੈਂਟ ਵਾਸਤੇ ਇਹਨਾਂ ਨੇ ਬਹੁਤ ਕੰਮ ਕੀਤਾ ਅੱਜ ਆਪਾਂ ਉਹਨਾਂ ਨੂੰ ਉਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਇਹਨਾਂ ਨੇ ਬਿਲਡ ਕੀਤਾ ਔਰ ਕਿਸ ਤਰ੍ਹਾਂ ਉਹਨਾਂ ਨੇ ਇਹ ਜੋ ਹੋਕੀ ਦਾ ਸਰਕਲ ਸੀਸ ਦੇ ਵਿੱਚ ਕਿਵੇਂ ਆਪਣੀ ਲਾਈਫ ਨੂੰ ਇੰਜੋਏ ਕੀਤਾ ਔਰ ਆਪਣੀ ਕਮਿਊਨਿਟੀ ਨੂੰ ਇਹਨਾਂ ਦੀ ਕੀ ਦੇਣ ਹੈ ਇਹਦੇ ਬਾਰੇ ਆਪਾਂ ਅੱਜ ਗੱਲਾਂ ਬਾਤਾਂ ਕਰਾਂਗੇ ਹਾਂਜੀ ਆਓ ਕੇ ਜੀ ਅਵਤਾਰ ਸਿੰਘ ਜੀ ਆ ਬਸ ਸਭ ਤੋਂ ਪਹਿਲਾਂ ਆਪਾਂ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਆਪਮ ਰਖਲ ਜੀ ਸ਼ੁਰੂ ਤੋਂ ਸ਼ੁਰੂ ਕਰੀਏ ਆਪ ਦੱਸੋ ਕਿ ਆਪ ਕਿਹੜੇ ਕੰਟਰੀ ਦੇ ਵਿੱਚ ਰਹੇ ਹੋ ਜ਼ਿਆਦਾ ਹਾਂਜੀ ਮੈਂ ਕਿਨੀਅਾਂ ਚ ਬੋਰਨ ਹਾਂ ਹਾਂਜੀ ਪਰ ਸਾਡੇ ਪੇਰੈਂਟਸ ਇੰਡੀਆ ਤੋਂ ਆਏ ਸੀ I think 1930s ਦੇ ਵਿੱਚ ਹਾਂਜੀ ਮੇਰੇ ਪੇਰੈਂਟਸ ਉਹ ਰਾਇਲ 에ਅਰ ਫੋਰਸ ਤੇ ਕੰਮ ਕਰਦੇ ਸੀਗੇ ਹਾਂ ਜੀ ਜਦੋਂ ਕਿਨੀਆ ਆਏ ਸੋ ਦੇ ਵਰ ਅੰਡਰ ਰਾਇਲ 에ਅਰ ਫੋਰਸ ਹਾਂ ਜੀ ਤਾਂ ਫਿਰ ਉਹਨਾਂ ਨੇ ਸਲੋਲੀ ਸਲੋਲੀ ਆਪਣਾ ਬਿਜ਼ਨਸ ਸਟਾਰਟ ਕੀਤਾ ਤਾਂ ਮੇਰੀ ਪਦائش ਜਿਹੜੀ ਹੈ ਉਹ ਨੇਰੋਬੀ ਦੇ ਵਿੱਚ ਠੀਕ ਨਹੀਂ ਬੁੱਡ ਲੈਟਸ ਗੁੱਡ ਤੁਹਾਡਾ ਬਰਥ ਐਕਚੁਅਲੀ ਕਨੀਅਨ ਦਾ ਹੈਗਾ ਜੀ ਮੇਰਾ ਬਰਥ ਕਨੀਅਨ ਦਾ ਹੈ ਹਾਂ ਕਿਹੜੇ ਸਾਲ ਦੇ ਵਿੱਚ ਸੀ ਇਸ ਮੇਰਾ ਬਰਥ ਹੈ 22 ਮਾਰਚ 1938 38 38 ਗੁੱਡ ਤੁਹ ਅਬ ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਵੱਡੇ ਹੋਏ ਤਾਂ ਅਸਾਂ ਸਕੂਲ ਅਤੇ এডਿਕੇਸ਼ਨ ਆਪਣੇ ਕਿਨੀਆਂ ਦੇ ਵਿੱਚ ਕੀਤੀ ਹੈ ਹਾਂਜੀ ਸਾਡੀ এডਿਕੇਸ਼ਨ ਕਿਨੀਆਂ ਚ ਮਤਲਬ ਅਪ ਬ੍ਰਿੰਗਿੰਗ ਸਾਰੀ ਕਿਨੀਆਂ ਚ ਹਾਂਜੀ ਸਕੂਲਾਂ ਦੇ ਵਿੱਚ ਗੇਮਸ ਐਂਡ ਸਪੋਰਟਸ ਹੁੰਦੀਆਂ ਸੀ ਤੁਸੀਂ ਕਿਹੜੀ ਗੇਮ ਦੇ ਵਿੱਚ ਪਾਰਟ ਲੈਂਦੇ ਸੀਗੇ ਜਾਨੀ ਸਕੂਲ ਤੇ ਮੈਂ ਸੀ ਸਿਟੀ ਪ੍ਰਾਇਮਰੀ ਸਕੂਲ ਹਾਂਜੀ ਜਿਹੜਾ ਹਾਈਲੀ ਵੈਲ এডਿਕੇਸ਼ਨ ਸਕੂਲ ਉਹ ਐਂਡ ਉਥੇ ਸਾਰੀਆਂ ਗੇਮਜ਼ ਵਗੈਰਾ ਹੁੰਦੀਆਂ ਸੀ ਹਾਕੀ ਫੁੱਟਬਾਲ ਕ੍ਰਿਕਟ ਸਭ ਤਾਂ ਹਰ ਇੱਕ ਚੀਜ਼ 'ਚ ਪਾਰਟਿਸਪੇਟ ਕਰਦੇ ਸੀਗੇ ਹਾਂਜੀ ਪਰ ਜ਼ਿਆਦਾ ਫਿਰ ਹਾਕੀ 'ਤੇ ਆਇਆ ਹਾਕੀ ਦੇ ਵਿੱਚ ਹਾਕੀ ਲਰਨ ਕੀਤੀ ਔਰ ਬੇਸਿਕਸ ਜਿਹੜੀਆਂ ਸੀਆਂ ਸਾਡੇ ਉਥੇ ਜਿਹੜੇ ਪ੍ਰੋਫੈਸ਼ਨਲ ਟੀਚਰਸ ਸੀਗੇ ਹਾਂਜੀ ਜਿਹੜੇ ਮਤਲਬ ਸਬਜੈਕਟ ਹੋਰ ਕਰਦੇ ਸੀ ਪਰ ਉਹ ਉਹਨਾਂ ਨੂੰ ਹਾਕੀ 'ਚ ਵੀ ਇੰਟਰਸਟ ਹੁੰਦਾ ਸੀਗਾ ਫਿਰ ਉਹਨਾਂ ਨੇ ਸਾਨੂੰ ਬੇਸਿਕ ਹਾਕੀ 22 ਟੀ सिटी प्राइमरी स्कूल स्टार्टिंग जन स्कूल ਦੇ ਵਿੱਚ ہاکی ਦਾ ਹੋ ਗਿਆ ਸੀ ਜੀ ਸਿਰ ਪ੍ਰਾਈਮਰੀ ਸਕੂਲ ਚੋ ਬੇਸਿਕਸ ਸਿੱਖੀਆਂ ਹਾਂਜੀ ਫਿਰ 1948 ਦੇ ਵਿੱਚ ਇੰਡੀਆ ਦੀ ਟੀਮ ਫਸਟ ਟਾਈਮ ਵਿਜ਼ਿਟ ਕੀਤਾ ਅਕੀਨਿਆਟ ਤੋਂ ਦੋ ਦੋਸਤੀ ਕਾਫੀ ਯੰਗੁੰਦੇ ਸੀ ਹਾਂਜੀ ਫਿਰ ਉਹ ਟੀਮ ਨੂੰ ਦੇਖ ਕੇ ਕਾਫੀ ਇਨਸਪਾਇਰਡ ਹੋਏ ਕਿ ਮਤਲਬ ਡ੍ਰਿਬਲਿੰਗ ਡੋਜਿੰਗ ਸਾਰਾ ਸਿੱਖਿਆ ਤਾਂ ਫਿਰ ਉਹ ਤੋਂ ਕਾਫੀ ਮਤਲਬ ਜੋਸ਼ ਆਇਆ ਕਿ ਲਗੇਮ ਸਿੱਖਣੀ ਚਾਹੀਦੀ ਹੈ ਇਹ ਗੇਮ ਸਿੱਖਣੀ ਚਾਹੀਦੀ ਹੈ ਨਾਲੇ ਇੰਪਰੂਵਮੈਂਟ ਕਰਨੀ ਚਾਹੀਦੀ ਹੈ ਸੋ ਦੈਟਸ ਹਾਊ ਮਤਲਬ 스타ਟ ਇਨ ਇਨ ਪ੍ਰਾਇਮਰੀ ਸਕੂਲ ਅੱਛਾ ਜਦੋਂ 1948 ਦੇ ਵਿੱਚ ਇੰਡੀਆ ਦੀ ਟੀਮ ਆਈ ਹੈ ਧਿਆਨ ਚੰਦ ਵਿੱਚ ਸੀ ਉਹਨਾਂ ਦੇ ਨਾਮ ਹਾਂਜੀ ਧਿਆਨ ਚੰਦ ਸੀ ਮਨਨ ਸਿੰਘ ਗੁਰਵਰਜਨ ਸਿੰਘ ਬਿਲਕੁਲ ਤੁਹਿਆ ਨਾ ਬਹੁਤ ਮਤਲਬ ਬਿਲਕੁਲ ਬਿਲਕੁਲ ਤਕੜੇ ਪਲੇਅਰ ਸੀਗੇ ਮਤਲਬ ਉਹਨਾਂ ਨੂੰ ਹਾਕੀ ਦੇਖ ਕੇ ਜਿਹਦਾ ਕਹਿੰਦੇ ਧਿਆਨ ਚੰਦ ਦੀ ਸਟਿਕ ਦੇ ਨਾਲ ਬਾਲ ਲੱਗੇ ਰਹਿੰਦਾ ਸਟਿਕੇ ਰਹਿੰਦਾ ਉਹ ਮਤਲਬ ਟਰੂ ਸੀਗਾ ਹਾਂਜੀ ਉਹ ਬੱਚਿਆਂ ਵਾਸਤੇ ਬਹੁਤ ਇਨਸਪਾਇਰਿੰਗ ਸੀ ਜਾਨੀ ਹਾਂਜੀ ਮਤਲਬ ਉਹਨੇ ਦੇਖ ਕੇ ਉਹਨ ਨੂੰ ਐਦਾ ਲੱਗਦਾ ਸੀ ਕਿ ਇਹ ਵਾਕਈ ਮੈਜਿਕ ਹੈ ਮੈਜਿਕ ਹੈ ਬਿਲਕੁਲ ਹਾਂਜੀ ਬਹੁਤ ਅੱਛਾ ਅੱਛਾ ਉਸ ਤੋਂ ਬਾਅਦ ਜੋ ਤੁਸੀਂ ਸਕੂਲ ਛੱਡਿਆ ਫਿਰ ਤੁਸੀਂ ਕਿਹੜੀ ਕਲੱਬ ਜੁਆਇਨ ਕੀਤੀ ਹਾਂਜੀ ਨਹੀਂ ਫਿਰ ਮੈਂ ਸੈਕੰਡਰੀ ਸਕੂਲ ਤੇ ਗਿਆ ਸੈਕੰਡਰੀ ਸਕੂਲ ਹਾਂਜੀ ਡੁਕ ਆਫ ਗਲੌਸਟਰ ਹਰ ਹਰ ਲੈਵਲ ਤੇ ਹਾਂਜੀ ਹਾਈ ਲੈਵਲ ਤੇ ਉੱਥੇ ਸਾਡੇ ਜਿਹੜੇ ਟੀਚਰ ਸੀਗੇ ਉਹ ਆਲਦੋ ਦੇ ਵਾਰ ਨਾਟ ਉਹ ਹਾਕੀ ਕੋਚਸ ਪਰ ਉਹ ਸਬਜੈਕਟ ਦੂਸਰੇ ਕਰਦੇ ਸੀ ਪਰ ਉਹ ਸਾਨੂੰ ਈਵਨਿੰਗ ਚ ਐਵਰੀਡੇ ਹਾਕੀ ਖਾਂਦੇ ਸੀ ਹਾਕੀ ਖਾਂਦੇ ਸੀ ਹਾਂਜੀ ਜਣੀ ਉਹ ਅਫਰੀਕਾ ਦਾ ਤੇ ਇੱਥੇ ਦਾ ਬਹੁਤ ਫਰਕ ਹੈ ਇੱਥੇ ਤਾਂ ਵਾਂਸੇ ਵੀਕ ਖੇਡਦੇ ਨੇ ਉੱਥੇ ਤਾਂ ਫਿਰ ਐਵਰੀਡੇ ਚੱਲਦਾ ਸੀ ਹਾਕੀ ਦਾ ਗੇਮ ਹਾਂਜੀ ਦੇਖੋ ਉਹ ਤਾਂ ਸਪੋਰਟਸ ਜਿਹੜੀ ਸੀ ਬਹੁਤ ਐਕਟਿਵ ਸੀਗੀ ਮਤਲਬ ਇਟਸ ਨੋਟ ਓਨਲੀ ਹਾਕੀ ਬਾਕੀ ਹੋਰ ਗੇਮਾਂ ਵੀ ਬਹੁਤ ਸੀ ਹਾਂ ਤਾਂ ਮਤਲਬ ਸਾਡੇ ਕੋਲ देयर ਵਾਸ ਨਥਿੰਗ ਐਲਸ ਮੱਚ ਟੂ ਡੂ ਜਦੋਂ ਹੁਣ ਤਾਂ ਟੀਵੀ ਵਗੈਰਾ ਆ ਗਿਆ ਉਹ ਚੀਜ਼ਾਂ ਬੜੀਆਂ ਆ ਗਈਆਂ ਹੋਈਆਂ ਦਾ ਸਾਡਾ ਇੰਟਰਸ ਸੀਗਾ ਸਾਡੇ ਅਪੀਅਰੈਂਸ ਤੇ ਵੀ ਬਹੁਤ ਇੰਟਰਸ ਸੀਗਾ ਉਹ ਜਦੋਂ ਜਾਂਦੇ ਸੀ ਸਾਨੂੰ ਲੈ ਕੇ ਜਾਂਦੇ ਸੀ ਗ라운ਡ ਤੇ ਐਂਡ ਮਤਲਬ ਬੇਸਿਕ ਵੀ ਸਿੱਖ ਲਈ ਫਿਰ ਡਿਸਪਲਨ ਵੀ ਲਿਆਂਦਾ ਦਾ ਮਤਲਬ ਫਿਰ ਸਾਡੇ ਸਕੂਲ ਦੇ ਬਾਅਦ ਸਕੂਲ 'ਚ بڑے ਟੂਰਨਾਮੈਂਟ ਹੁੰਦੇ ਸੀ ਸਾਡੇ ਮਤਲਬ ਉਸ ਟਾਈਮ ਅਸੀਂ ਵੀ ਵਰ ਅੰਡਰ ਬ੍ਰਿਟਿਸ਼ ਹਾਂਜੀ ਜਿਹੜੇ ਪ੍ਰਾਈਵੇਟ ਸਕੂਲ ਹੁੰਦੇ ਸੀ ਉਹ ਉਹਨਾਂ ਦੇ ਚਿੱਟਿਆਂ ਦੇ ਵੀ ਸਕੂਲ ਹੁੰਦੇ ਸੀ ਜਿੱਤੇ ਮਤਲਬ ਕਲਰ ਸਾਡੇ ਵਾਂਗਰ ਦੇ ਬਰਾਊਨ ਐਂਡ ਬਲੈਕ ਨਹੀਂ ਸੀ ਅਲਾਉਡ ਹੈਣਾ ਪਰ ਸਾਡੇ ਤੋਂ ਉਹਨਾਂ ਨਾਲ ਮੈਚ ਹੁੰਦੇ ਸੀਗੇ ਹਾਂਜੀ ਸੋ ਦੈਟ ਵਾਸ ਵੈਰੀ ਇੰਟਰਸਟਿੰਗ ਫੈਕਟ ਜਿਹੜੀ ਹੁੰਦਾ ਸੀ ਕਿ ਹਾਂ ਚਿੱਟਿਆਂ ਨੂੰ ਜ਼ਰੂਰ ਜਿੱਤਣਾ ਜਿੰਨਾ ਜਿੰਨਾ ਅਸਲ ਤਾਂ ਹਾਂਜੀ ਬਿਲਕੁਲ ਹਾਂਜੀ ਤਾਂ ਫਿਰ ਉਹ ਜਦੋਂ ਮੈਂ ਫੋਰਫੋਰਟ ਆ ਗਿਆ ਸੈਕੰਡਰੀ ਹਾਈ ਸਕੂਲ ਕੈਮਰਿਜ ਕਿਤੇ ਫਿਰ ਉਹਦਾ ਇੰਟਰਸਟ ਮੇਰਾ ਜ਼ਿਆਦਾ ਹੋ ਗਿਆ ਉਹ ਕੇ ਹਾਂਜੀ ਫਿਰ ਉਦੋਂ ਮੈਂ ਸਾਡੇ ਸੁਜੀਤ ਸਿੰਘ ਸੀਨੀਅਰ ਹੁੰਦੇ ਸੀ ਡੋਨ ਤੁਸੀਂ ਜਾਣਦੇ ਹੋ ਨਾ 19 uh, 56 ਦੇ ਕੈਪਟਨ ਸੀ ਸੀਨੀਅਰ ਹਾਂਜੀ ਉਹ ਸਾਡੇ ਕਾਰਡਿਕ ਹੋ ਰਹੇ ਹੁੰਦੇ ਸੀ ਉਹ ਬੜੇ ਅੱਛੇ ਪਲੇਅਰ ਸੀ ਇੱਕ ਦਮ ਇੰਡੀਆ ਵਾਲਿਆਂ ਨੇ ਉਹਨਾਂ ਨੂੰ ਕਿਹਾ ਸੀ ਕਿ ਦਿਸ ਇਜ਼ ਵਨ ਆਫ ਦਾ ਬੈਸਟ ਸੈਂਟਰ ਹਾਫ ਇਨ ਦਾ ਵਰਲਡ ਇਨ ਦਾ ਵਰਲਡ ਬੈਂਡਸ ਟ੍ਰੂ ਤਾਂ ਮਤਲਬ ਹਾਕੀ ਫਿਰ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਤੂੰ ਮੈਂ ਬੇਸਿਕਲੀ ਪਹਿਲਾਂ ਕ੍ਰਿਕਟ ਖੇਡਦਾ ਸੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਹੋਰ ਸਪੋਰਟਸ ਰਨਿੰਗ ਦਿਲਜੀਤ ਹੁਣਾ ਨਾ ਦਿਲਜੀਤ ਵੀ ਕ੍ਰਿਕਟ ਖੇਡਦਾ ਸੀ ਜੀ ਤੁਹਾਡਾ ਬੋਲੋ ਤੋ ਉਹ ਫਿਰ ਕਹਿੰਦੇ ਨਹੀਂ ਤੂੰ ਹੁਣ ਤਾਰੀ ਹੌਕੀ ਦੇ ਵਿੱਚ ਮੈਨੂੰ ਮੇਰਾ ਨਿਕਨੇਮ ਤਾਰੀ ਹੈ ਨਾ ਹਾਂ ਜੀ ਹਾਂ ਜੀ ਸਾਰੇ ਤਾਰੀ ਬੁਲਾਉਂਦੇ ਆ ਜੀ ਹਫਤਾਰ ਸਿੰਘ ਤੋ ਉਹ ਫਿਰ ਕਲੱਬ ਜੁਆਇਨ ਕੀਤੀ ਹਾਂ ਜੀ ਤੋ ਜੋ ਕਲੱਬ ਜੁਆਇਨ ਕੀਤੀ ਉਹ ਥੈਟ ਵਾਸ ਇਨ 56 ਉਦੋਂ 올ਿਮਪਿਕਸ 56 올ਿਮਪਿਕ ਖੇਡ ਕੇ ਆਈ ਸੀ ਜੀ ਹਾਂ ਜੀ ਤੋ ਫਿਰ ਉਹ ਆਪਣੇ ਫੁੱਲ ਬੈਕ ਸੀ ਉਹਦੋਂ ਸਿਕਿਉਰਿਟੀ ਕਲੱਬ ਹੁੰਦੀ ਸੀ ਸਿਕਿਉਰਿਟੀ ਕਲੱਬ ਸੀ ਆਪਣੀ ਜੀ ਸਿਕਿਉਰਿਟੀ ਕਲੱਬ ਜੋ ਕਾਫੀ ਪਲੇਅਰ 올림픽 ਖੇਡਣ ਗਏ ਸੀ ਤੇ ਫਿਰ ਉਹ ਨਾ ਸਾਡੇ ਦੋ ਫੁੱਲ ਬੈਕ ਰਿਟਾਇਰ ਹੋਏ ਹਾਂਜੀ ਫਿਰ ਸੁਜੀ ਸਿੰਘ ਨੇ ਨੇ ਕਿਹਾ ਕਿ ਅਫਤਾਰ ਨੂੰ ਲੈ ਕੇ ਉਹ ਦੀ ਹਾਈਟ ਹੈਗੀ ਹੈ ਇਹਨੂੰ ਟ੍ਰੇਨ ਕਰੋ ਦੈਟਸ ਗੁੱਡ ਫਿਰ ਹਾਉ ਦੈਟਸ ਹਾਉ ਆਈ ਕੇਮ ਇਨ ਟੂ ਸਿਕਿਉਰਿਟੀ ਫਿਰ ਉਹਨਾਂ ਨੇ ਕਾਫੀ ਮੈਨੂੰ ਮਦਦ ਦਿੱਤੀ ਸੀਨੀਅਰ ਸੀਨੀਅਰ ਪਲੇਅਰਸ ਨੇ ਹੈਲਪ ਕੀਤੀ ਦੈਨ ਆਲਸੋ ਮਾਈ ਫਾਦਰ ਮੇਡ ਸ਼ੋ ਉਹਨਾਂ ਨੇ ਸਵੇਰ ਨੂੰ 5 ਵਜੇ 5:30 ਵਜੇ 12:00 ਚ ਸਭ ਸਿੱਧਾ ਗਰਾਊਂਡ ਤੇ ਟ੍ਰੇਨਿੰਗ ਕਰਨੀ ਫੇ ਕਾਫੀ ਟ੍ਰੇਨਿੰਗ ਕਰਦੇ ਰਹੇ ਫੇ ਸੋ ਹੀ ਪ੍ਰੈਕਟਿਸ ਫੋਰ ਸੀਕ ਯੂਨ ਮੈਨੀ ইয়ারਸ ਜਣੀ ਮੇਰਾ ਮਤਲਬ ਤੁਹਾਨੂੰ ਤੁਸੀਂ ਟ੍ਰੇਨ ਟ੍ਰੇਨਿੰਗ ਸ਼ੂ ਕੀਤੀ ਹੈ ਹਾਇਰ ਲੈਵਲ ਤੇ ਜਾ ਕੇ ਫਿਰ ਤੁਸੀਂ ਸੋ ਵੀ ਉੱਠ ਕੇ ਪ੍ਰੈਕਟਿਸ ਕਰਨੀ ਸੋ ਵੀ ਭਜਨ ਦਾ ਟ੍ਰੇਨਿੰਗ ਕਰਨੀ ਜਾਂ ਸ਼ਾਮ ਨੂੰ ਵੀ ਕਰਨੀ ਦੋ ਟੁਆਇਸ ਹੁੰਦਾ ਸੀ ਹਾਂਜੀ ਅ ਦੇਖੋ ਜਦੋਂ ਫਿਰ ਉਹ ਜਦੋਂ ਪਤਾ ਲੱਗਿਆ ਕਿ ਉਹਨਾਂ ਕਲੱਬ ਦੇ ਵਿੱਚੋਂ ਮੇਰਾ ਨਾਮ ਨਾਮਿਨੇਟ ਹੋਇਆ ਫਾਰ ਕਿਨੀਆ ਟੀਮ ਵਾਸਤੇ ਤਾਂ ਫਿਰ ਉਹ ਕੰਪੀਟੀਸ਼ਨ ਬਹੁਤ ਸੀ ਜਾਨ ਪਤਾ ਉਸ ਟਾਈਮ ਤੇ ਕੰਪੀਟੀਸ਼ਨ ਬਹੁਤ ਹੰਦਸਿਆ ਤਾਂ ਉਹ ਕੰਪੀਟੀਸ਼ਨ ਦੇ ਵਿੱਚ ਮਤਲਬ ਨੰਬਰ 1 ਪੋਜੀਸ਼ਨ ਲੈਣੀ ਫੁੱਲ ਬੈਕ ਦੀ ਜਗ੍ਹਾ ਤੇ ਦੂਸਰੇ ਫੁੱਲ ਬੈਕਾਂ ਦੀ ਤਾਂ ਤੁਹਾਨੂੰ ਬਹੁਤ ਹਾਰਡ ਵਰਕ ਕਰਨਾ ਪਿਆ ਸੋ ਮੇਰਾ ਮਾਰਨਿੰਗ ਜੀਡੀ ਟ੍ਰੇਨੀ ਸੀ ਉਹ ਕੰਪਲਸਰੀ ਸੀ ਸ਼ਾਮ ਨੂੰ ਜਿਹੜੀ ਟ੍ਰੇਨਿੰਗ ਹੁੰਦੀ ਸੀ ਫੇ ਕੋਚਸ ਦੇ ਨਾਲ ਹੁੰਦੀ ਸੀ ਜਿਹੜਾ ਇੰਟਰਨੈਸ਼ਨਲ ਜਿਹੜੇ ਸਾਡੇ ਨੈਸ਼ਨਲ ਕੀਨੀਆਂ ਦੀ ਕੋਚਿੰਗ ਹੁੰਦੀ ਸੀਗੀ ਉਹ 2-3 ਦਿਨ ਹੁੰਦੀ ਸੀ ਵਿੱਚੇ ਫਿਰ ਦੋ ਤਿੰਨ ਦਿਨ ਕਲੱਬ ਦੀ ਕੋਚਿੰਗ ਹੁੰਦੀ ਸੀ ਮਤਲਬ 7 ਦਿਨ ਹਾਕੀ ਚੱਲਦੀ ਸੀ ਹਾਕੀ ਚੱਲਦੀ ਸੀ ਮੇਨ ਜਿਹੜਾ ਕਾਰਨ ਹੈ ਡਵੈਲਪਮੈਂਟ ਦਾ ਈਸਟ ਅਫਰੀਕਾ ਵਿੱਚ ਹਾਕੀ ਦਾ ਕਿ ਜਿਹੜੇ ਪਲੇਅਰਸ ਹੀ ਖੁਦ ਇੰਟਰਸਟ ਲੈਂਦੇ ਸੀਗੇ ਪੇਰੈਂਟਸ ਬੈਕਿੰਗ ਕਰਦੇ ਸੀ ਤੇ ਕਲੱਬ ਵੀ ਆਰਗੇਨਾਈਜ਼ ਹੁੰਦੀ ਸੀ ਔਰ ਜਿਹੜੇ ਸੀਨੀਅਰ ਪਲੇਅਰਸ ਸੀ ਉਹ ਨੌਜਵਾਨਾਂ ਨੂੰ ਬਹੁਤ ਐਨਕਰੇਜ ਕਰਦੇ ਸੀ ਜਿਵੇਂ ਸੁਰਜੀਤ ਸੀਨੀਅਰ ਨੇ ਤੁਹਾਨੂੰ ਬਹੁਤ ਐਨਕਰੇਜ ਕੀਤਾ ਹਾਂਜੀ ਦੇਖੋ ਉਦੋਂ ਸਾਡੀ ਕਲੱਬ ਦੀ ਜਿਹੜੀ ਟੀਮ ਸੀ ਉਹ ਬਹੁਤ ਮਤਲਬ ਹਾਰਡ ਵਰਕ ਬਹੁਤ ਕਰਦੀ ਸੀ ਤੇ ਔਰ ਹਾਕੀ ਲਰਨ ਕਰਦੀ ਸੀ ਮਤਲਬ ਸਾਰਾ ਜਿਹੜਾ ਸਾਡੇ ਪਲੇਅਰ ਵੀ ਕਿੰਨਿਆਂ ਸਿਕਿਨਿਚੋਂ ਆਏ ਆ ਕਿੰਨਿਆਂ ਦੀ ਟੀਮ ਦੇ ਵਿੱਚ ਬਿਕੋਜ਼ ਆਫ ਸ਼ੀਅਰ ਹਾਰਡ ਵਰਕ ਐਂਡ ਅਸੀਂ ਸਾਡੀ ਜਿਹੜੀ ਕਲੱਬ ਹੈ ਉਹਨਾਂ ਨੇ ਕਾਫੀ ਇੰਟਰਨੈਸ਼ਨਲ ਪਲੇਅਰ ਪ੍ਰੋਡਿਊਸ ਕੀਤੇ ਤੁਸੀਂ ਜਦੋਂ ਫਸਟ ਓਲੰਪਿਕ ਦੇ ਵਿੱਚ ਕੈਪਟਨ ਬਣ ਕੇ ਗਏ ਹੋ 1964 ਦੇ ਵਿੱਚ you were the, you were appointed as a captain of the of the kenyan team haan ji haan ji main 1960 ch pehli apni olympics kade si rome de vich haan ji fir 1962 de vich assi pakistan gaye si haan ji udo unanne mainu captain banaya si haan ji halle mere nal senior player rahe gaye si haan ji ta mer kha che maan singh sade maan singh sade senior coach si ge unanne ਮੈਨੂੰ ਲੱਗਦਾ ਉਹਨਾਂ ਨੇ ਦੇਖਿਆ ਕਿ ਇਹ ਮੁੰਡਾ ਕੰਮ ਆਏਗਾ ਸਾਡੇ ਤੇ ਇਹਨੂੰ ਹੁਣ ਮੱਛਿਓ ਨੂੰ ਟ੍ਰੇਨਿੰਗ ਸਟਾਰਟ ਕਰੀ ਹਾਂ ਜੀ ਮਾਨ ਸਿੰਘ ਥੋੜੇ ਦਿਨ ਉਹ ਕੋ ਸਿਨੀਅਰ ਕੋਚ ਸੀ ਜੀ ਸਿਨੀਅਰ ਕੋਚ ਸੀਗੇ ਉਹ ਪਲੇਅਰ ਵੀ ਸੀਗੇ ਖੁਦ ਹਾਂ ਜੀ ਆਪ ਬੜੇ ਅੱਛੇ ਪਲੇਅਰ ਸੀਗੇ ਮਤਲਬ ਸਾਡੇ ਪਾਇਨਿਅਰਸ ਸੀਗੇ ਉਹ ਕਲੱਬ ਦੇ ਤਾਂ ਉਹਨਾਂ ਨੇ ਹਾਕੀ ਸਟਾਰਟ ਕੀਤੀ ਸੀ ਕਲੱਬ ਦੇ ਵਿੱਚ ਤਾਂ ਉਹ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਐ ਕਮ ਆਇਗਾ ਸਾਡੇ 플레이ਰ ਤੇ ਉਹਨਾਂ ਨੇ ਕਾਫੀ ਗਾਈਡ ਕੀਤਾ ਮੈਨੂੰ ਤੇ ਉਹਨਾਂ ਨੇ 1962 ਚ ਆਈ ਵਾਸ ਵੈਰੀ ਯੰਗ ਉਹਨਾਂ ਨੇ ਮੈਨੂੰ ਕੈਪਟਨ ਬਣਾਇਆ ਮੈਂ ਨਾ ਸੀਨੀਅਰ 플레이ਰ ਦੇ ਅਗੇ ਸੀਗੇ ਥੋੜੀਆਂ ਕੁਆਲਿਟੀਜ਼ ਦੇਖ ਕੇ ਥੋੜੀਆਂ ਗੁੱਡ ਕੁਆਲਿਟੀਜ਼ ਦੇਖ ਕੇ ਥੋੜੀ ਸਟਰੈਂਥ ਦੇਖ ਕੇ ਥੋੜਾ ਇੰਟਰਸਟ ਦੇਖ ਕੇ ਤੁਸੀ ਕੈਪਟਨਸ਼ਿਪ ਲਈ 62 ਚ ਹਾਂਜੀ ਤੇ ਉਹ ਕੀ ਸੀਗਾ ਕਿ ਉਹਨਾਂ ਨੇ ਮੇਰੇ ਜਿਹੜੇ ਸੀਨੀਅਰ ਪਲੇਸਗੇ ਉਹ ਸਗੋਂ ਮੈਨੂੰ ਉਹਨਾਂ ਨੇ ਬਹੁਤ ਹੈਲਪ ਕੀਤੀ ਪਾਕਿਸਤਾਨ ਦੇ ਟ੍ਰਿਪ ਤੇ ਟੂ ਗਾਈਡ ਮੀ ਕਿ ਟੂ ਸੀ ਕਿਦਾਂ ਹੈਂਡਲ ਕਰਨੀਆ ਟੀਮ ਸੋ ਦੈਟਸ ਹਾਉ ਐਂਡ ਆਮ ਆਲਸੋ ਵੈਰੀ ਗ੍ਰੇਟਫੁਲ ਟੂ देम ਡਿਡ ਗੁੱਡ ਵਰਕ ਫਾਰ ਮੀ ਹਾਂ ਫਿਰ ਤੁਸੀਂ ਸੈਕੰਡ ਟਾਈਮ ਜਦੋਂ 올ਿੰਪਿਕਸ ਗਏ ਹੋ ਸੈਕੰਡ 68 ਦੇ ਵਿੱਚ ਜਿਹੜੀ ਜਿਹੜੀ ਮੈਕਸੀਕੋ 올ਿੰਪਿਕਸ ਹਾਂਜੀ ਉਹਦੀ ਥੋੜੀ ਜਿਹੀ ਕਹਾਣੀ ਦੱਸੋ ਹਾਂਜੀ ਮੈਕਸੀਕੋ ਤੋਂ ਪਹਿਲਾਂ ਫਿਰ ਜੋ ਪਾਕਿਸਤਾਨ ਦੇ ਟ੍ਰਿਪ ਦੇ ਬਾਅਦ ਫਿਰ ਅਸੀਂ 1964 ਟੋਕਿਓ ਗਏ ਸੀ ਹੋ ਫਿਰ ਮੈਂ ਉਸ ਟੀਮ ਦਾ ਕੈਪਟਨ ਸੀ। ਐਂਡ ਦੈਟਸ ਗੁੱਡ। ਹਾਂਜੀ ਉਹ ਦੇ ਬਾਫਵੇਅ 1968 ਮੈਕਸੀਕੋ ਚ ਸੀ। ਹਾਂਜੀ ਮੈਕਸੀਕੋ ਚ ਆਈ ਵਾਸ ਆਲਸੋ ਕੈਪਟਨ। ਹਾਂਜੀ ਫਿਰ ਤੁਸੀਂ 72 ਮਿਊਨਿਕ ਜਿੱਥੇ ਮੈਂ ਵੀ ਸੀਗਾ ਉੱਥੇ ਤੁਸੀਂ ਵੀ ਗਏ ਸੀ ਤੁਸੀਂ ਕੈਪਟਨ ਸੀਗੇ ਮੈਂ ਤਾਂ ਯੂਨਡੇ ਦੀ ਟੀਮ ਦੇ ਨਾਲ ਸੀਗਾ ਪਰ ਐਨੀਵੇ ਉਹਦੇ 72 ਦਾ ਥੋੜਾ ਦੱਸੋ ਉਥੇ ਉਥੇ ਇੱਕ ਮੈਸਕਰ ਵੀ ਹੋਇਆ ਉਥੇ ਪ੍ਰੋਬਲਮ ਵੀ ਪੈ ਗਈ ਸੀ। ਹਾਂਜੀ ਉਹ ਦੇਖੋ ਜਿਹੜੀਆਂ ਪਹਿਲੀਆਂ ਤਿੰਨ 올ਿਪਿਕਸ ਮੈਂ ਖੇਡੇ ਆ ਇਟ ਵਾਸ ਮਤਲਬ ਜਿੱਦਾਂ ਨਾਰਮਲ ਨਹੀਂ ਹੁੰਦੇ ਕਲਬਾਂ ਚ ਜਾਂਦੇ ਆ ਕਿ ਅਨ ਸਿਕਿਉਰਿਟੀ ਨਹੀਂ ਸੀ ਹੁੰਦੀ ਮਤਲਬ ਵੈਰੀ ਫ੍ਰੈਂਡਲੀ ਪੀਪਲ ਵਰ ਵੈਰੀ ਨਾਈਸ ਕੋਈ ਮਤਲਬ ਟੈਨਸ਼ਨ ਨਹੀਂ ਸੀ ਯਾਰ No tension at all ਹੈ ਨਾ ਬਹੁਤ ਸਮੂਥ ਰਨਿੰਗ ਸੀ ਗੇਟ ਤੇ ਵੀ ਨਹੀਂ ਸੀ ਕੁਝ ਪੁੱਛਦੇ ਜੋ ਪੱਕਾ ਬਣੀ ਹੁੰਦੀ ਸੀ ਜੇ ਕੋਈ ਹੋਰ ਵੀ ਆ ਜਾਏ ਕੋਈ ਸਪੈਕਟੇਟਰ ਵੀ ਆ ਜਾਏ ਨਾ ਪਾਕ ਦੇਖ ਕੇ ਉਹ ਕਹਿੰਦੇ ਸੀ ਜਾਓ ਅੰਦਰ ਕੋਈ ਵਜ੍ਹੀ ਨਹੀਂ ਹੈ ਉਹ ਵਿਲੇਜ ਰਹਿੰਦੇ ਆ ਨਹੀਂ ਰਹਿੰਦੇ ਹਾਂਜੀ ਉਹ ਫਿਰ ਜੋ 72 ਦੇ ਵਿੱਚ ਮਸਕਰ ਆਪਣੇ ਪ੍ਰੋਬਲਮ ਹੋਈ ਹੈ ਉਹ ਤੋਂ ਫਿਰ ਮੇਖਾਚੇ 올림픽 ਸਾਡੀਆਂ 올림픽ਸ ਦੇ ਵਿੱਚ ਸਕਿਉਰਿਟੀ ਬਹੁਤ ਆ ਗਈ ਹਾਂ ਸਕਿਉਰਿਟੀ ਆ ਗਈ ਉਹ ਜਿਹੜਾ ਇਨਸੀਡੈਂਟ ਹੋਇਆ ਅਸੀਂ ਕੋਈ 50 ਅਗਸਤ ਦੇ ਸੀਗੇ ਜਦੋਂ ਇਹ ਇਨਸੀਡੈਂਟ ਹੋਇਆ ਜਦੋਂ ਪੈਨਸਟਾਈ ਉਹ ਲੈ ਕੇ ਗਏ আর ਉਹਨਾਂ ਨੂੰ ਦੇਖਿਲ ਦਮ ਉਹ ਬੱਚੇ ਤਾਂ ਉਹ ਜੋ ਲੈ ਕੇ ਗਿਆ ਉਹ ਸਾਡੇ ਸਾਹਮਣੇ ਹੋਇਆ ਹਾਂਜੀ ਪੈਨਸਟਾਈ ਤਾਂ ਉਹਦੇ ਬਾਅਦ ਫਿਰ 올림픽ਸ ਦਾ ਐਟਮੋਸਫੇਅਰ ਚੇਂਜ ਹੋ ਗਿਆ ਹਾਂਜੀ ਹਾਂਜੀ ਤਾਂ ਤਿੰਨ 올림픽ਸ ਦੇ ਵਿੱਚ ਤੁਸੀਂ ਕੈਪਟਨ ਰਹੇ ਲਗਾਤਾਰ ਤੇ ਫਿਰ ਤੁਸੀਂ ਦੋ ਦਫਾ ਕੋਚ ਰਹੇ ਓਲੰਪਿਕਸ ਦੀ ਟੀਮਾਂ ਦੇ ਵਿੱਚ ਹਾਂਜੀ ਮੈਂ ਫਿਰ ਤੁਹਾਨੂੰ ਪਤਾ ਹੋਏਗਾ ਕਿ 1976 ਦੇ ਵਿੱਚ ਓਲੰਪਿਕਸ ਐਂਡ 1980 ਦੇ ਓਲੰਪਿਕਸ ਦੇ ਵਿੱਚ ਉਹ ਬਾਇਕਾਟ ਸਿਸਟਮ ਚੱਲ ਰਿਹਾ ਸੀ ਉਹਦਾ ਬਿਕੋਜ਼ ਆਫ ਅਮਰੀਕਾ ਐਂਡ ਰਸ਼ੀਆ ਤਾਂ ਪਤਾ ਸੀ ਉਹ ਦੋ ਓਲੰਪਿਕਸ 'ਚ ਅਸੀਂ ਪਾਰਟਿਸਿਪੇਟ ਨਹੀਂ ਕੀਤਾ ਸੀ ਹਾਂਜੀ ਸੋ ਉਹ ਆਈ ਥਿੰਕ ਮਿਸ ਕਰ ਗਏ ਅਸੀਂ ਜਾ ਦੋ ਉੱਚ ਵੀ ਕਿਤੇ ਕੋਚ ਬਣ ਕੇ ਜਾਂਦੇ ਜਾਂ ਕੁਝ ਵੀ ਹੁੰਦਾ ਪਰ ਉਹ 올림픽ਸ ਮਿਸ ਕਰਕੇ ਫਿਰ ਉਹਦੇ ਬਾਅਦ ਮੈਂ ਐਕਚੁਅਲੀ 1973 ਚ ਹਾਂਜੀ ਕੋਚਿੰਗ ਸਟਾਰਟ ਕੀਤੀ ਸੀ ਵੈਨ ਆਈ ਰਿਟਾਇਰ 72 ਚ ਮੈਂ ਰਿਟਾਇਰ ਹੋ ਕੇ ਆਈ ਵੈਂਟ ਟੁਵਰਡਸ ਕੋਚਿੰਗ ਐਂਡ ਅੰਪਾਇਰਿੰਗ ਦ ਯੰਗ ਪੀਪਲ ਵਿਦ ਯੋਰ ਐਕਸਪੀਰੀਅੰਸ ਐਂਡ ਨੋਲੇਜ ਫਿਰ ਦੋ 올림픽ਸ ਸਦੀ ਨਿੱਕੇ ਦੇ ਪਾਰਟਿਸਪੇਟ ਨਹੀਂ ਕੀਤਾ ਕਿ ਨਹੀਂ ਆਨੇ ਫਿਰ ਮੈਂ 1984 ਹੈਡ ਕੋਚ ਗਿਆ ਸੀ ਲਾਸ ਐਂਜਲਸ ਰਾਈਟ ਰਾਈਟ ਲੋਸ ਐਂਜਲਸ ਕੇ ਜਣੀ ਹੁਣ ਜਦੋਂ ਆਪਾਂ ਦੇਖਦੇ ਆ ਇਸ ਨਾਲ ਤੇ ਤਿੰਨ ਓਲੰਪਿਕਸ ਬਾਕੀ ਦੋ ਉਹ ਦੂਸਰੀਆਂ ਓਲੰਪਿਕਸ ਤੇ ਤੁਸੀਂ ਐਜ਼ ਅ ਕੋਚ ਐਂਜੇ ਆਫੀਸ਼ੀਅਲ ਜਣੀ ਆਲਮੋਸਟ ਪੰਜ ਛੇ ਓਲੰਪਿਕਸ ਦੇ ਵਿੱਚ ਨਾ ਤੁਸੀਂ 6 6 ਚੋਕਾ 24 24 ইয়ার্স ਤੁਸੀਂ ਆਪਣੀ ਹੈਲਥ ਨੂੰ ਕਿਵੇਂ ਫਿਟ ਰੱਖਿਆ ਔਰ ਕਿਵੇਂ ਇਹ ਕਨਸੈਂਟਰੇਟ ਕੀਤਾ ਇਹਦੀ ਐਕਟੀਵਿਟੀ ਦੇ ਇੰਟਰਨੈਸ਼ਨਲ ਲੈਵਲ ਤੇ ਉਹਦਾ ਥੋੜੇ ਬਾਰੇ ਉਹਦੇ ਬਾਰੇ ਦੱਸੋ ਦੇਖੋ ਜੀ ਜੇ ਤਾਂ ਤੁਸੀਂ ਖੇਡਣਾ ਇੰਟਰਨੈਸ਼ਨਲ ਗੇਮ ਤੁਸੀਂ uh, 100% ਫਿਜ਼ੀਕਲ ਫਿਟ ਚਾਹੀਦਾ ਹੈ। ਫਿਟ ਚਾਹੀਦਾ ਹੈ। ਹਾਂਜੀ। ਔਰ ਉਹ ਫਿਜ਼ੀਕਲ ਫਿਟਨੈਸ ਰੱਖਣ ਵਾਸਤੇ ਯੂ ਹੈਵ ਟੂ ਸੈਕਰੀਫਾਈਸ ਮਨੀ ਥਿੰਗਸ ਹਾਂਜੀ। ਐਂਡ ਉਹ ਵੀ ਸ਼ੋਰ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਹਾਰਡ ਐਕਸਰਸਾਈਜ਼ ਕਰ ਰਹੇ ਆ ਟਫ ਕਰ ਰਹੇ ਆ ਤੁਹਾਡਾ ਫੂਡ ਵੀ ਪ੍ਰੋਪਰ ਹੋਣਾ ਚਾਹੀਦਾ ਹੈ। ਸੋ ਗਾਈਡੈਂਸ ਵੀ ਮਿਲਦੀ ਸੀਗੀ। ਤਾਂ ਮਤਲਬ ਮਤਲਬ ਉਹ ਰੀਚ ਕਰਨ ਵਾਸਤੇ ਪੰਜ 올ਿਪਮਪਿਕਸ ਕਰਨ ਵਾਸਤੇ ਹਾਂਜੀ। ਅਸੀਂ ਕਾਫੀ ਮੈਂ ਕਾਫੀ ਆਪਣੇ ਸੈਕਰੀਫਾਈਸ ਕੀਤੇ ਲਾਈਫ ਦੇ ਵਿੱਚ ਐਂਡ ਇਟ ਵਾਸ ਸ਼ੀਅਰ ਡਿਸਪਲਿਨ ਹਾਰਡ ਵਰਕ ਐਂਡ ਆਈ ਥਿੰਕ ਜੇ ਦੋ ਤਿੰਨ ਚੀਜ਼ਾਂ ਨਾ ਹੋਣ ਤਾਂ ਮੁਸ਼ਕਲ ਹੋ ਜਾਂਦਾ ਹਾਂਜੀ ਬਿਲਕੁਲ ਬਿਲਕੁਲ ਜਿਹੜੇ ਹੁਣ ਨੌਜਵਾਨ ਸੁਣ ਰਹੇ ਨੇ ਉਹਨਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਵੇਂ ਇਹਨਾਂ ਨੇ ਸੈਕਰੀਫਾਈਸ ਕੀਤਾ ਹੈ ਕਿ ਟ੍ਰੇਨਿੰਗ ਟੂ ਕੀਪ ਯਰਸੈਲਫ ਫੀਲ ਫਿਟ ਐਂਡ ਗੁੱਡ ਮੀਲ ਐਂਡ ਐਨਕੋਰੇਜਮੈਂਟ ਫਰੋਮ ਦਾ ਪੇਰੈਂਟਸ ਐਂਡ ਐਨਕੋਰੇਜਮੈਂਟ ਫਰੋਮ ਦਾ ਕਮਿਊਨਿਟੀ ਐਸ ਵੈਲ ਐਂਡ ਦੀ ਸੀਨੀਅਰ ਪਲੇਅਰਸ ਹੈਲਪਿੰਗ ਈਚ ਅਦਰ ਐਂਡ ਵਰਕਿੰਗ ਟੂਗੇਦਰ ਸੋ ਦਿਸ ਯੂ ਯੂਨਿਟੀ ਚਾਹੀਦੀ ਹੈ ਏਕਤਾ ਚਾਹੀਦੀ ਹੈ ਮਿਲਵਰਤਨ ਚਾਹੀਦੀ ਹੈ ਇਸ ਤਰ੍ਹਾਂ ਦੀ ਸਪਿਰਿਟ ਅਗਰ ਆਪਾਂ ਆਪਣੇ ਆਪਣੇ ਕਮਿਊਨਿਟੀ ਦੇ ਵਿੱਚ ਪੈਦਾ ਕਰ ਸਕਦੇ ਆ ਤਾਂ ਪਲੇਅਰ ਇਸ ਲੈਵਲ ਤੇ ਪਲੇਅਰ ਆਪਾਂ ਬਣ ਸਕਦੇ ਹਾਂ ਦੇਖੋ ਜੀ ਸਾਡੇ ਟਾਈਮ ਤੇ ਅਸੀਂ ਹਾਲੇ ਵੀ ਬਜ਼ੁਰਗ ਜਿਹੜੇ ਸਾਡੇ ਆ ਗਏ ਉਹਨਾਂ ਦੀ ਰਿਸਪੈਕਟ ਹਾਂਜੀ ਫੁੱਲੀ ਰਿਸਪੈਕਟ ਕਰਦੇ ਆ ਪਰ ਉਹ ਸਾਨੂੰ ਗਾਲਾਂ ਕੱਢਣ ਝੜਕਣ ਕੁਛ ਵੀ ਕਰਨ ਅਸੀਂ ਹਮੇਸ਼ਾ ਉਹਨਾਂ ਦੀ ਰਿਸਪੈਕਟ ਕੀਤੀ ਹੈ ਔਰ ਥਿਸ ਇਜ਼ ਸਾਡੇ ਫਾਦਰਸ ਉਹਨਾਂ ਨੇ ਫਾਦਰ ਮਦਰ ਸਾਰੇ ਨੇ ਸਾਨੂੰ ਆ ਕੇ ਅਸੀਂ ਕਿ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨੀ ਹੈ ਦੈਟਸ ਦੈਟਸ ਦਾ ਗ੍ਰੇਟੈਸਟ ਪੁਆਇੰਟ ਦੋਸ ਪੀਪਲ ਹੂ ਆਰ ਲਿਸਨਿੰਗ ਸਪੈਸ਼ਲੀ ਦਾ ਯੰਗ ਪੀਪਲ ਇਫ ਯੂ ਲਿਸਨ ਟੂ ਯੋਰ ਕੋਚ ਔਰ ਯੋਰ ਮੈਨੇਜਰ ਐਂਡ ਲਿਸਨ ਟੂ ਯੋਰ ਪੇਰੈਂਟਸ ਐਸ ਵੈਲ ਐਂਡ ਕੋਆਰਡੀਨੇਟ ਵਿਦ ਐਵਰੀਬੋਡੀ ਐਂਡ ਲਵ ਥੈਮ And try to learn the skill of the game and then develop yourself. You will, you you can catch. But this international level now, which Avtar Singh has done, is the greatest in the world. Not many people have uh, reached that level. And I think he's the only one known amongst number six who has played as a uh, uh, in the Olympics as a captain of the team, uh, the national team, for three Olympics and then two other olympics uh, as a coach and official with the fih, federation of hockey as association. they have recognized his, rec uh, uh, his qualifications and his uh, uh, his hard work and he is a member of the fih as well. Anji. so, uh, so uh, anybody needing any advice, so there's the man, he is the role model for us, for our community. go ahead, Anji. Anji. Uh, 78 they which, uh, uh, no, 87 they which, uh, sadh uh, all africa games, yeah, see. Mm. so i was coach after 84 olympics so uh, continued coaching the team where hmm. uh, jado sade glishis uh, sade president ice international hmm. hockey federation so unhon jo pata laga ke i played four olympics for kenya hmm. so uh, immediately he talked to tanupatya george craft on they he was official. a technical delegate for the hmm. tournament fir hmm. unane unhon nu no mention kita mr glishis nu ke this aftar has played four olympics ਐਂਡ ਹੀ ਹੈਜ਼ ਗਾਟ ਵਾਸਟ ਨੋਲੇਜ ਕੋਚਿੰਗ ਫਿਰ ਉਹਨਾਂ ਨੇ ਮੈਨੂੰ ਉਸ ਵੇਲੇ ਉਹਨਾਂ ਨੇ ਜਾਰਜ ਕ੍ਰਾਫਟ ਨੂੰ ਕਿਹਾ ਟੈਲ ਹਫਤਾ ਹੀ ਇਜ਼ ਆਲਰੇਡੀ ਇਨ ਦ ਕਮੇਟੀ ਆਫ ਕਮੇਟੀ ਆਫ ਅਫੀਸ਼ੀਅਲ ਐਫ ਆਈ ਐਚ ਦੈਟਸ ਇਟ ਦੈਟਸ ਗ੍ਰੇਟ ਫਿਰ ਐਫ ਆਈ ਐਚ ਆਈ ਸਟੇਡ ਫॉर ਲੌਂਗ ਟਾਈਮ ਤੇ ਉਹ ਉਹਨਾਂ ਦੇ ਡੂਰਿੰਗ ਦੈਟ ਪੀਰੀਅਡ ਆਈ ਕੰਡਕਟਿਡ ਸੈਮੀਨਰਸ ਇਨ ਅਫਰੀਕਾ ਫਿਰ ਓਮਾਨ ਸਾਊਥ ਅਮਰੀਕਾ ਆਪਣੇ ਮਲੇਸ਼ੀਆ So I I, I was so, uh, involved in uh, development and mm, coaching uh, for many years for FIH. W when you went as a official to different countries and different places, y you were a turban bearing a Sikh. purposeman uh, normally the kenians we wear white turbans Anjee, and all that uh, what did you find any difference did, did you find any people uh, looking upon you bit differently or they everybody enjoyed your talk and uh, uh, your meeting and training them uh, i i think i never had any problem uh, in fact sadi sikhan di kafi izzat karde hai jithe vi assi gaye hai they always respected uh, uh, me and uh, i think uh, they give me a uh, uh, sort of a notion that uh, they like six <laughs> that's, that's <good>. the <laughs> mere koi problem nahi anyway. hui food wise we uh, i was not uh, eating uh, uh, meat and all that <laughs> so jada way jehde bhi hunde si they used to look after me make so sure that uh, my food is uh, That uh, is, so, you, you, you protected <laughs> the image of the Sikh community in a very fine way <laughs> as a sportsman <laughs> and, a, and a good person. <laughs> <laughs> <competency> I made a lot of friends. There are many friends who passed away, other friends are still in contact <laughs> with me. <laughs> <laughs> My contacts are with a uh, lot of friends all over the world. And uh, I had. Uh, I think uh, th they even know who the Sikhs are. <laughs> <laughs> One of your friends, uh, you know, uh, 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 Kripal Singh. Kripal Singh. We feel sorry for him. I and, and he was in here in UK. Uh, he has passed away yeah. uh, recently. And, yeah. and we got a message. We don't know when his funeral is. Yeah. But uh, on, on our behalf, on the behalf of Abdul Singh and me. we send a message of condolences to the family Anji. and to all other people Anji. who are related to him Anji. and like that the international players spread ho gaya apne jadon uh, africa to aadmi nikle some people they went to kenya or uh, to they went to uh, to uh, america other they went to canada And many people came to England, hmm. so you find few people. As long we we have played together, can you remember? You were the East African champions throughout the time, hmm. but one one year, can you remember the year when the Uganda chuk, took the championship? Uh, uh, it was in uh, right? uh, seventies, sometime 69. That's, 69. Right. that's right. You're right. Uh, that well, I was the coach of the team, and my brother Ajab Singh he was the captain of the team, and on the points we we on the points we led you a couple of points, and um, that was the first time for Uganda team to win the East African Championship, mm -hmm. and through that one we got promotion to the Olympics. Mm -hmm. ਉਹ 올림픽s ਦੇ ਵਿੱਚ ਫਿਰ ਯੂਗੋਸਲਾਵੀਆ ਟੀਮ ਐਂਡ ਰੂ 72 올림픽s ਦੇ ਵਿੱਚ ਦੇ ਵੇਰ ਦੇ ਵੇਰ ਵਿਦ ਯੂ ਇਨ ਮਿਊਨਿਕ ਹਾਂਜੀ ਐਂਡ ਨਾਓ ਕੈਨ ਯੂ ਟੈਲ ਕੈਨ ਯੂ ਗਿਵ ਅ ਗਾਈਡੈਂਸ ਟੂ ਦ ਯੰਗ ਪੀਪਲ ਇਫ ਦੇ ਵਾਂਟ ਟੂ ਬੀਕਮ ਗੁੱਡ ਪਲੇਅਰਸ ਔਰ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਵਾਟ ਇਜ਼ ਦ ਮੇਨ ਮੋਸਟ ਇੰਪੋਰਟੈਂਟ ਪੁਆਇੰਟਸ ਦੇ ਸ਼ੁੱਡ ਲੁੱਕ ਆਫਟਰ ਦੇਖੋ ਜੀ ਐਜ਼ ਅ ਨਾਚੋਰ ਹੈ ਮਦਰ ਸਾਰਾ ਐਕਸਪੀਰੀਅੰਸ ਇੱਥੇ ਹੈ ਕਿ ਤੁਸੀਂ ਆਪਣਾ ਹਾਰਡ ਵਰਕ ਕਰਦੇ ਆਂ ਪਰ ਇੱਕ ਇੱਕ ਗੱਲ ਜਿਹੜੀ ਮੈਂ ਬਹੁਤ ਬਲੀਵ ਕਰਦਾ ਸੀ ਕਿ ਸਾਡੀ ਜਿਹੜੀ ਪ੍ਰੇਅਰਸ ਹੈ ਸਵੇਰ ਨੂੰ ਪ੍ਰੇਅਰਸ ਹਾਂਜੀ ਸ਼ਾਮ ਨੂੰ ਹਾਂਜੀ ਬਾਬਾ ਜੀ ਨੂੰ ਯਾਦ ਕਰਨਾ ਵਾਹਿਗੁਰੂ ਬਹੁਤ ਵਾਹਿਗੁਰੂ ਨੂੰ ਮੈਨੂੰ ਲੱਗਦਾ ਹੈ ਜੋ ਅਚੀਵਮੈਂਟ ਮੈਂ ਕੀਤੀ ਹੈ ਹਾਂਜੀ ਇਹ ਮਾਈ ਓਨ ਨਹੀਂ ਸੀ ਹੋ ਸਦਿਆ ਕਿ ਉਹਨਾਂ ਦੀ ਬਖਸ਼ਿਸ਼ ਸੀ ਬਖਸ਼ਿਸ਼ ਉਹਨਾਂ ਦਾ ਹੱਥ ਸੀਗਾ ਪਰ ਜਦੋਂ ਮੈਂ ਟ੍ਰੇਨਿੰਗ ਕਰਦਾ ਸੀ ਟ੍ਰੇਨਿੰਗ ਕਰਕੇ ਜਦੋਂ ਮੈਚ ਖੇਡਣ ਜਾਣਾ ਜਦੋਂ ਤੁਹਾਡਾ ਵੀ ਮੈਚ ਖੇਡਣ ਜਾਂਦੇ ਸੀ ਜਾਂ ਕੀਨੀਆਂ ਨਾਲ ਪਾਕਿਸਤਾਨ ਕੀਨੀਆਂ ਇੰਡੀਆ ਨਾਲ ਪਾਕਿਸਤਾਨ ਨਾਲ ਕਈ ਟੀਮਾਂ ਨਾਲ ਵੀ ਤਾਂ ਪਹਿਲੋਂ ਬਾਬਾ ਜੀ ਦਾ ਮੱਥਾ ਟੇਕ ਕੇ ਕਰਕੇ ਫੇਗਰਾਉਂਡ ਤੇ ਜਾਣਾ ਤਾਂ ਦੂਸਰਾ ਕਿ ਉਹ ਉਹ ਮਦਦ ਤੁਹਾਨੂੰ ਤਾਂ ਹੀ ਕਰੇਗਾ ਜੇ ਤੁਸੀਂ ਹਾਰਡ ਵਰਕ ਕਰੋਗੇ ਹਾਂਜੀ ਬਿਲਕੁਲ ਪਹਿਲੋਂ ਉਹਨਾਂ ਦਾ ਆਸ਼ੀਰਵਾਦ ਹੋਵੇ ਤੁਹਾਨੂੰ ਤੁਸੀ ਆਪਣਾ ਹਾਰਡ ਵਰਕ ਤੁਹਾਨੂੰ ਕਰਨਾ ਪੈਣਾ ਹੈ ਤੁਹਾਨੂੰ ਸੈਕਰੀਫਾਈਸ ਕਰਨੀਆਂ ਪੈਣੀਆਂ ਕਈ ਚੀਜ਼ਾਂ देखो ਅਸੀਂ ਜੋ ਟ੍ਰੇਨਿੰਗ ਕਰਦੇ ਸੀ ਐਨ ਇਸੇ ਹੁੰਦਾ ਕਿ ਅੱਧਾ ਘੰਟਾ ਟ੍ਰੇਨਿੰਗ ਕਰਨੀ 1 ਘੰਟਾ ਜੇ ਲੱਗ ਗਿਆ ਵੇਸਟ ਜਨਨ ਲੱਗ ਗਿਆ ਜੇ ਹੇਟਾ ਮਾਰਨੀਆ ਸ਼ੁਰੂ ਕੀਤੀਆਂ ਹੇਟਾ ਮਾਰਨੀਆ ਮਤਲਬ ਉਹ ਟਾਈਮ ਦਾਨੀ ਸੀ ਉਹਦਾ ਜਦੋਂ ਉਹ ਇੱਕਦਮ ਥੱਕ ਗਿਆ ਮਤਲਬ ਕੁਝ ਨਹੀਂ ਹੋ ਸਕਦਾ ਉਦੋਂ ਟ੍ਰੇਨਿੰਗ ਬੰਦ ਕਰਦਾ ਪਰ ਫਿਰ ਜਦੋਂ ਮੈਚ ਖੇਡਣ ਜਾਂਦੇ ਸੀ ਫਿਰ ਉਹਦਾ ਪਤਾ ਲੱਗਦਾ ਸੀ ਕਿ ਹਾਂ ਕਿ ਹੁਣ ਦਮ ਇਟ ਵਾਸ ਵਰਥ ਡੂਇੰਗ ਔਰ दैट 올 ਦੈਟ ਹਾਰਟੇਂਗ ਵੈਰੀ ਗੁੱਡ ਤੇ ਅਫਤਾਸ ਹੁਣਾਂ ਦਾ ਮੈਸੇਜ ਸਾਰਿਆਂ ਨੂੰ ਹੈਗਾ ਕਿ ਨਾਲ-ਨਾਲ ਮਿਹਨਤ ਕਰਨ ਦੇ ਨਾਲ ਨਾਲ ਵਾਖਰੂਨ ਯਾਦ ਰੱਖਣਾ ਕਿਉਂਕਿ ਵਾਹਿਗੁਰੂ ਹੀ ਆਪਨੂੰ ਹੈਲਪ ਕਰਦਾ ਹੈ ਉਹ ਇਨਸਪਾਇਰ ਕਰਦਾ ਹੈ ਜਿੰਨੀ ਆਪ ਨੂੰ ਆਨਰਸ ਮਿਲਦੇ ਨੇ ਜਾਂ ਕੁਝ ਵੀ ਮਿਲਦਾ ਉਹ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਮਿਲਦਾ ਹੈ ਤੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਸਪਿਰਚੁਅਲ ਪਾਵਰ ਤੇ ਆਪਣੀ ਸਟ੍ਰੈਂਥ ਤੇ ਓਨੈਸਟੀ ਹੈ ਆਪਣੇ ਕੋਚਾਂ ਨੂੰ ਲਿਸਨ ਕਰਨਾ ਔਰ ਜਿਹੜੇ ਪੁਆਇੰਟ ਦੱਸੇ ਉਹਨਾਂ ਨੂੰ ਫੋਲੋ ਕਰਨਾ ਔਰ ਮਿਹਨਤ ਕਰਨੀ ਮਿਹਨਤ ਕਰਨੀ ਡੇ ਐਂਡ ਨਾਈਟ ਟ्वाइस ਅ ਡੇ ਮੀਨਸ ਮਾਰਨਿੰਗ ਗੈਟਿੰਗ ਅਪ ਔਨ ਦਾ ਮਾਰਨਿੰਗ There are many people, young people, who can't get up in the morning. This is a point now. If you really want to become good players and uh, want to reach some standard, you got to work together uh, twice in the morning as well as in the evening. Sometimes if the weather is not good, then to do training. ਉਦੇ ਸਾਬ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਤੇ ਜਿਹੜੇ ਹੁਣ ਤੁਸੀਂ ਪੁਆਇੰਟ ਦੱਸਨੇ ਬਹੁਤ ਵੈਲਿਡ ਹੈਗੇ ਔਰ ਬਹੁਤ ਗੁੱਡ ਹੈ ਹੁਣ ਵੀ ਤੁਸੀਂ ਰਿਲੀਜੀਅਸ ਐਕਟੀਵਿਟੀਜ਼ ਵਿੱਚ ਕੋਈ ਹਿੱਸਾ ਲੈਣੇ ਹੋ ਮਾਣਾ ਮੈਂ ਹਾਂਜੀ ਦੇਖੋ ਅਸੀਂ ਗੁਰਦੁਆਰਾ ਸਾਹਿਬ ਰੀਠਾ ਸਾਹਿਬ ਹੈ ਹਾਂਜੀ ਉੱਤਰਖੰਡ ਦੇ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਰੀਠੇ ਮਿੱਠੇ ਕੀਤੇ ਸੀਗੇ ਹਾਂਜੀ ਅੰਜੇ ਉਹ ਮੀ ਰਿਵਾਈਵ ਦੇ ਨਾਲ ਅਸੀਂ ਉਹ ਜਗ੍ਹਾ ਤੇ ਸੇਵਾ ਕਰਾ ਰਹੇ ਹਾਂ ਲਾਸਟ 10 ਈਅਰਸ ਤੋਂ ਹਾਂਜੀ ਤਾਂ ਜਦੋਂ ਸੀ ਗੈਸ ਸੀ ਉੱਥੇ ਪ੍ਰਕਾਸ਼ ਸੀਗਾ ਬਾਬਾ ਜੀ ਦਾ ਉਹ ਇੱਕ ਟੀਨਾ ਦਾ ਸ਼ੈਡ ਸੀਗਾ ਜਿੱਥੇ ਪ੍ਰਕਾਸ਼ ਹੋਇਆ ਸੀਗਾ ਹੁਣ ਵੀ ਆ ਵਰਰੀ ਗਲੈਡ ਥੈਟ ਥੈਟ ਪਲੇਸ ਇਜ਼ ਅ ਥ੍ਰੀ ਸਟੋਰੀ ਬੋ ਵੱਡਾ ਗੁਰਦੁਆਰਾ ਸਾਹਿਬ ਹੈ ਤਾਂ ਉੱਥੇ ਸੰਗਤ ਸਾਡੀ ਕਿਨੀਆਂ ਦੀ ਸੰਗਤ ਦੀ ਹੈਲਪ ਦੇ ਨਾਲ 35 ਰੂਮਸ ਪਾਏ ਜਿਹੜੇ ਮਾਡਰਨ ਰੂਮ ਨੇ ਤਾਂ ਹਾਲੇ ਵੀ ਸੇਵਾ ਸੀ ਮਤਲਬ ਕੀ ਹੋਇਆ ਕਿ ਸੇਵਾ ਸੀ ਤੇ ਨੇ ਤਾਂ ਦਮ ਹੈ ਗਏ ਬਹੁਤ ਬਹੁਤ ਬੜੀ ਬਹੁਤ ਕੰਟਰੀਬਿਊਸ਼ਨ ਹੈ ਸਾਰਿਆਂ ਨੂੰ ਸੁਣ ਵਾਲੀ ਗੱਲ ਹੈ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਰਿਲੀਜੀਅਸ ਐਕਟੀਵਿਟੀ ਵਿੱਚ ਘਾਟ ਹਿੱਸਾ ਲੈਂਦੇ ਨੇ ਔਰ ਖੇਡਾਂ ਵਿੱਚ ਵੀ ਲੈਂਦੇ ਨੇ ਹਿੱਸਾ ਲੇਕਨ ਰਿਲੀਜੀਅਸ ਐਕਟੀਵਿਟੀਜ਼ ਐਜ਼ ਇੰਪੋਰਟੈਂਟ ਐਜ਼ ਐਨੀ ਅਦਰ ਐਕਟੀਵਿਟੀ ਆਰ ਮਦਰ ਮੋਰ ਇੰਪੋਰਟੈਂਟ ਦੈਨ ਐਨੀਥਿੰਗ ਐਲਸ ਸੋ ਅਬ ਤਾਰੂਹ ਦਾ ਜਿਹੜਾ ਐਕਸਪੀਰੀਅੰਸ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਗਾਈਡ ਕਰੇਗਾ ਤੇ ਹੋਰ ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਖੇលਦੇ ਸੀ ਕੋਈ ਖਾਸ ਇਵੈਂਟ ਅਜਿਹੀ ਹੋਈ ਹੋਵੇ ਜਿਹਦੇ ਵਿੱਚ ਆਪਣੇ ਨੌਜਵਾਨਾਂ ਨੂੰ ਕੋਈ ਤੁਸੀਂ ਗਾਈਡ ਕਰ ਸਕਦੇ ਹੋ ਜਿਹਦੇ ਵਿੱਚ ਉਹਨਾਂ ਨੂੰ ਜਿਸ ਤਰ੍ਹਾਂ ਕਈ ਦਫਾ ਕਈ ਦਫਾ ਝਗੜੇ ਪਸਾਤ ਵੀ ਹੋ ਜਾਂਦੇ ਨੇ ਕਿਵੇਂ ਹੁੰਦਾ ਤੇ ਹਾਊ ਯੂ ਹੈਡ ਟੂ ਕੰਟਰੋਲ ਯੂਅਰ self ਐਂਡ ਰੇਮੇਨ ਵਿਦਨ ਦਿਸਪਲਾਈਨ ਐਂਡ ਕਮ ਆਊਟ ਸਕਸੈਸਫੁਲੀ ਦੇਖੋ ਇਹਨਾਂ ਕੋਲ ਮਾਈਂਡ ਤੇ ਰੱਖਣਾ ਪੈਂਦਾ ਕਿ ਉਹ ਜਿਹੜੀ ਗੇਮ ਹੁੰਦੀ ਹੈ ਜੇ ਤੁਸੀਂ ਮੈਂ ਕੈਪਟਨ ਹੋਆ ਜਾਂ ਪਲੇਅਰ ਹੈ ਜੇ ਤੁਸੀਂ ਐਕਸਾਈਟਡ ਹੋ ਗਏ ਐਂਡ ਯੂ मतलब ਤੁਸੀਂ ਗਰਮ ਹੋ ਗਏ ਤਾਂ ਮਤਲਬ ਤੁਹਾਡੀ ਕਨਸੈਂਟ੍ਰੇਸ਼ਨ ਤੁਸੀਂ ਕਨਸੈਂਟ੍ਰੇਸ਼ਨ ਲੂਜ਼ ਕਰ ਲੈਂਦੇ ਆ ਉਹ ਮਤਲਬ 네ਗੇਟਿਵ ਹੁੰਦਾ ਟੀਮ ਤੇ ਅੰਜੇ ਦੇਖੋ ਹੁਣ ਜਿਹੜਾ ਸਾਰਾ ਕੰਮ ਕਰਨਾ ਹਾਰਡ ਵਰਕ ਕਰਨਾ ਅਸੀਂ ਕੱਲੇ ਆਪ ਨਹੀਂ ਕੀਤਾ ਦੂਸਰੇ ਆਪਣੇ ਪਲੇਅਰਾਂ ਨੂੰ ਵੀ ਕਰਾਇਆ ਹੁਣ ਮੈਂ ਇਕੱਲਾ ਨਹੀਂ ਸੀਗਾ ਮੇਰੇ ਨਾਲ ਹੋਰ ਪਲੇਅਰ ਸੀ ਉਹਨਾਂ ਨੂੰ ਕਾਫੀ ਕੋਚਿੰਗ ਕਰਾਈ ਜੋ ਮੈਂ ਸਿੱਖ ਸੀ ਕਿਉਂ ਨਹੀਂ ਸੀਗੇ ਅਸੀਂ 7 ਕਨਸੈਕਟਿਵ ਈਅਰ ਈਸਟ ਅਫਰੀਕਾ ਦੇ ਵਿੱਚ ਇੱਕ ਆਪਣੀ ਹਾਰੇ 7 ਕਨਸੈਕਟਿਵ ਈਅਰਸ ਪਰ ਉਹ ਮੁੰਡੇ ਦਿਨ ਰਾਤ ਕੰਮ ਕਰਦੇ ਸੀ ਸੀ ਉਹਨਾਂ ਦੇਖੋ ਡਿਸਪਲਿਨ ਰੱਖਣਾ ਪਿਆ ਸਾਰਿਆਂ ਨੂੰ ਕੰਟਰੋਲ ਅੰਡਰ ਕੰਟਰੋਲ ਰੱਖਣਾ ਪਿਆ ਅੰਪਾਇਰਾਂ ਤੋਂ ਬਚਾ ਕੇ ਰੱਖਣਾ ਮਤਲਬ ਅੰਪਾਇਰਾਂ ਨਾਲ ਤੁਸੀਂ ਆਰਗੂਮੈਂਟ ਕਰਨੀ ਆ ਤੇ ਇਹ ਉਹ ਸੋ ਦੇਖੋ ਮੈਂ 161 167 ਟੈਸਟ ਕੇデア ਇੰਟਰਨੈਸ਼ਨਲ ਫੋਕੀਨੀਆ ਹਾਂਜੀ ਕਿਨੇਸ ਬੁੱਕ ਆਫ ਰਿਕਾਰਡ 1978 ਟੂ 9 ਬੁੱਕ ਆਫ ਤੁਸੀਂ ਦੇਖਿਆ ਹੋਣਾ ਨਾ ਤਾਂ ਇਹ ਜਿਹੜਾ ਸਾਰੀ ਅਚੀਵਮੈਂਟ ਹੈ ਮਤਲਬ ਇੱਕ ਜਾਨੇ ਦੀ ਐਫਰਟ ਨਹੀਂ ਹੈ ਜਿਹੜੇ ਮੇਰੇ ਕਲੀਗ ਸੀ ਜਿਹੜੇ ਮੇਰੇ ਟੀਮ ਵਰਕ ਬਹੁਤ ਬਹੁਤ ਅਚ ਹੈ ਕਰੋ ਵੀ ਔਰ ਐਸ ਦੇ ਪਿਛੇ ਹੋਰ ਵੀ ਮੈਂ ਲਾਈਕ ਟੂ ਮੈਂਸ਼ਨ ਕਿ ਮੇਰੀ ਵਾਈਫ ਦਾ ਵੇ ਕਾਫੀ ਹੱਥ ਹੈ ਹਾਂਜੀ ਉਹਨਾਂ ਨੇ ਕਾਫੀ ਮੈਨੂੰ ਗਾਈਡ ਕੀਤਾ ਹੈ ਇਨਕਰੇਜਮੈਂਟ ਦਿੱਤੀ ਹੈ ਮਤਲਬ ਨਹੀਂ ਤਾਂ ਬੜਾ ਮੁਸ਼ਕਲ ਹੋ ਜਾਂਦਾ ਫੈਮਿਲੀ ਦੇ ਵਿੱਚ ਉਹਨਾਂ ਕਹਿੰਨਾ ਕਿੱਦਨੂ ਚੱਲੇ ਜੀ ਇਸਟਿਕ ਫੜ ਕੇ ਕਿੱਦਨੂ ਚੱਲੇ ਘਰ ਦਾ ਕੰਮ ਕੌਣ ਕਰੇਗਾ ਮਤਲਬ ਆਈ ਹੈਡ ਫੁੱਲ ਇਨਕਰੇਜਮੈਂਟ ਫਰਮ ਹਾਂ ਦੈਟਸ ਵੈਰੀ ਗੁੱਡ ਉਹ ਉਹਨਾਂ ਨੇ ਨਾਲੇ ਫੇਰੋ ਕਾਫੀ ਰਿਲੀਜੀਅਸ ਹੈਗੇ ਹਾਂਜੀ ਤਾਂ ਮਤਲਬ ਇਹ ਚੀਜ਼ਾਂ ਸਾਰੀਆਂ ਕਨੈਕਟ ਕਰ ਰਿਹਾ ਉਹ ਸਾਰੇ ਮੇਰੇ ਜਿਹੜੇ ਫੈਨਸ ਹੈਗੇ ਆ ਉਹ ਵੀ ਮੇਰੇ ਵੈਲ ਵਿਸ਼ਸ ਹੈ ਤਾਂ ਮੇਰੇ ਕ੍ਰਿਟਿਕਸ ਵੀ ਆ ਗਿਆ ਹਾਂ ਮੈਂ ਦੱਸਾਂ ਮੇਰੇ ਕ੍ਰਿਟਿਕ ਮੇਰੇ ਫਾਦਰ ਵੀ ਹੁੰਦੇ ਸੀ ਜਦੋਂ ਤਾ ਗੋਲ ਕਰ ਦਿੱਤਾ ਹੂੰ ਤਾਂ ਮੈਨੂੰ ਵਾਵਾ ਮਿਲਨੀ ਸਾਰੇ ਪਲੇਅਰਾਂ ਕੋਲ ਸਾਰੇ ਕਲੀਕ ਦੇ ਕੋਲ ਤੇ ਮੈਂ ਜੋ ਕਰ ਜਣਾ ਤਾਂ ਫਾਦਰ ਨੇ ਗਾਲ ਨਹੀਂ ਕਰਨੀ ਕਿ ਜਿਹੜੇ ਗੋਲ ਕੀਤਾ ਵੈਲ ਡਨ ਉਨਨ ਮੈਨ ਪੁੱਛਣਾ ਜਿਹੜੇ ਗੋਲ ਤੂੰ ਮਿਸ ਕੀਤੇ ਐ ਉਹ ਕਿਦਾਂ ਮਿਸ ਹੋਏ ਹਾਂ ਦਾ ਸਕੋਰ ਮੈਨੂੰ ਕੈਨ ਯੂ ਐਕਸਪਲੇਨ ਟੂ ਮੀ ਸੋ ਮਤਲਬ ਉਹ ਮੈਨੂੰ ਉਦੋਂ ਫੀਲ ਹੋਣਾ ਕਿ ਮੈਂ ਜੀ ਸਕੋਰ ਕੀਤਾ ਤਾਂ ਹੁਣ ਮੈਨੂੰ ਕੀ ਜਵਾਬ ਮਿਲਿਆ ਫਿਰ ਉਹ ਫਿਰ ਮੈਂ ਬਾਅਦ ਚ ਰੀਅਲਾਈਜ਼ ਕਰਦਾ ਸੀ ਕਿ ਉਹਨਾਂ ਦਾ ਮਤਲਬ ਸੀਗਾ ਕਿ ਵਾਈਸ ਸ਼ੁੱਡ ਯੂ ਮਿਸ ਅਦਰ ਗੋਲ ਸ਼ੁੱਡ ਸਕੋਰ ਮੋਰ ਗੋਲ ਜੀ ਅਬ ਤਰਛੂ ਉਹਨਾਂ ਦੀ ਗੱਲਾਂ ਤੋਂ ਹੁਣ ਆਪਜ ਨੂੰ ਸਾਰਿਆਂ ਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਿਰਫ ਇੱਕ ਕੰਮ ਇੱਕ ਆਦਮੀ ਦਾ ਕੰਮ ਨਹੀਂ ਹੈ ਐ ਸਾਰਾ ਟੀਮ ਵਰਕ ਹੈ ਉਹ ਟੀਮ ਵਰਕ ਦੇ ਵਿੱਚ ਸਿਰਫ ਪਲੇਅਰ ਹੀ ਨਹੀਂ ਕੱਲੇ ਆਉਂਦੇ ਫੈਮਿਲੀ ਦੇ ਮੈਂਬਰ ਵੀ ਆ ਜਾਂਦੇ ਆ ਫੈਮਿਲੀ ਦੇ ਮੈਂਬਰ ਜਿਵੇਂ ਨੇ ਦੀ ਮਿਸਿਸ ਦਾ ਬਾਰੇ ਦੱਸਿਆ ਨੇ ਉਹਨਾਂ ਨੇ ਐਨਕਰੇਜ ਕੀਤਾ ਤੇ ਫਾਦਰ ਹੁਣੀ ਫਾਦਰ ਹੁਣੀ ਵੈਰੀ ਕੀਨ ਆਮ ਬੀਇੰਗ ਅ ਆਰਮੀ 에어 ਫੋਰਸ ਆਫੀਸਰ ਫਰਮ ਇੰਡੀਆ ਐਂਡ ਹੀ ਇਸ ਹੀ ਹੀ ਨਿਊ ਬਾਊਟ ਦ ਸਪੋਰਟਸ ਐਂਡ ਆਲ ਦੈਟ ਹੀ ਵਾਂਟਡ ਟੂ ਐਨਕਰੇਜ ਹਿਮ ਇਨ ਦ ਬੈਸਟ ਵੇ ਤੇ ਉਹਨਾਂ ਨੇ ਵੀ ਬਹੁਤ ਇਹਨਾਂ ਨੂੰ ਐਨਕਰੇਜ ਕੀਤਾ ਤੇ ਬਾਹਰ ਉਹਦੀ ਬਖਸ਼ਿਸ਼ ਹੋਈ ਇਹ ਸਾਰਾ ਕੋਆਰਡੀਨੇਸ਼ਨ ਜਿਹੜਾ ਹੈ ਹੁਣ ਆਪਣੀਆਂ ਕਮਿਊਨਿਟੀਆਂ ਜਿੰਨੇ ਵੀ ਆਪਾਂ ਗੁਰਦੁਆਰੇ ਹੈਗੇ ਆ ਉਥੇ ਆਪਾਂ ਨੂੰ ਏਕਤਾ ਕਰਨੀ ਪਵੇਗੀ ਮਿਲਬਰਤਨ ਕਰਨਾ ਪਵੇਗਾ ਨੌਜਵਾਨਾਂ ਨੂੰ ਇਕੱਠੇ ਕਰਕੇ ਜਿਹੜੀਆਂ ਗੱਲਾਂ ਆਪਾਂ ਆਪ অবতার ਸਿੰਘਾਂ ਤੋਂ ਸੁਣੀਆਂ ਐ ਇਹ ਗੱਲਾਂ ਗੋਲਡ ਚੀਜ਼ਾਂ ਨਹੀਂ ਇਹ ਬਿਲਕੁਲ ਕੀ ਪੁਆਇੰਟ ਨੇ ਇਹ ਇਸ ਤਰ੍ਹਾਂ ਆਪਾਂ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਡਿਸਪਲਿਨ ਵਿੱਚ ਲਿਆ ਕੇ ਉਹਨਾਂ ਨੂੰ ਕਲਾ ਕੇ ਹੌਲੀ-ਹੌਲੀ ਉਹਨਾਂ ਨੂੰ ਬਿਲਡ ਕਰਨ ਦੀ ਕੋਸ਼ਿਸ਼ ਕਰਨੀ ਹੈ ਮੈਂ ਉਹ ਵੀ ਮੈਂਸ਼ਨ ਕਰਨਾ ਚਾਹੁੰਦਾ ਹੈ ਕਿ ਦੇਖੋ ਅਸੀਂ ਹੋਕੀ ਖੇਡਦੇ ਰਹੇ ਹਾਂ ਮੈਂ ਹੁਣ ਵੀ ਹਾਲੇ ਵੀ ਟ੍ਰੇਨਿੰਗ ਕਰਦਾ ਹਾਂ ਮਤਲਬ ਦੇਖੋ ਟ੍ਰੇਨਿੰਗ ਜਿਹੜੀ ਹੈ ਤੋਡੀ ਡਾਈਟ ਜਿਹੜੀ ਹੈ ਅ ਪਾਰਟ ਆਫ ਯੂਰ ਲਾਈਫ ਹੈ। ਬਿਲਕੁਲ। ਔਰ ਤੁਸੀਂ ਜਿੰਨੀ ਟ੍ਰੇਨਿੰਗ ਤੁਸੀਂ ਅੱਧਾ ਘੰਟਾ ਪੌਣਾ ਘੰਟਾ ਵੀ ਟ੍ਰੇਨਿੰਗ ਕਰੋ 1 ਘੰਟਾ ਘੰਟਾ ਵੀ ਕਰੋਗੇ ਤੁਸੀਂ ਉਹ ਟਾਈਮ ਆਪਣਾ ਦੂਸਰੀ ਕਿਸੇ ਚੀਜ਼ਾਂ ਤੋਂ ਕੱਢ ਕੇ ਇਹ ਟ੍ਰੇਨਿੰਗ ਕਰੋ ਉਹਨਾਂ ਤੁਹਾਨੂੰ ਬੈਨੀਫਿਟ ਹੋਏਗਾ। ਮਤਲਬ ਤੁਹਾਡੀ ਕਈ ਸਿਕਨੈਸ ਜਾਂ ਕਈ ਬਿਮਾਰੀਆਂ ਜਿਹੜੀਆਂ ਜੇ ਸਿਰਫ ਤੁਸੀਂ ਅੱਧਾ ਘੰਟਾ ਪੌਣਾ ਘੰਟਾ ਟ੍ਰੇਨਿੰਗ ਕਰੋ ਹਰ ਰੋਜ਼ ਉਹ ਤੁਹਾਨੂੰ ਕਾਫੀ ਹੈਲਪ ਕਰੇਗੀ। ਔਰ ਮੈਂ ਮੇਰੀ ਸੁਜੈਸ਼ਨ ਹੈਗੀ ਹੈ। ਹਮ ਕਿ ਅਸੀਂ ਐਦਾਂ ਦੀ ਆਰਗੇਨਾਈਜੇਸ਼ਨ ਕ੍ਰੀਏਟ ਕਰੀਏ ਜਦੇ ਵਿੱਚ ਵੀ ਕਾਲਡ ਇਟ ਹੈਲਥ ਐਂਡ ਹੈਲਥ ਐਂਡ ਫੂਡ ਆਰਗੇਨਾਈਜੇਸ਼ਨ ਫॉर ਸਿੱਖ ਕਿਦਾਂ ਵੀ ਹੈ ਕਿ ਅਸੀਂ ਵੀ ਸਪਰੈਡ ਦ ਅਵੇਰਨੈਸ ਸਾਰੇ ਆਪਣੇ ਸਿੱਖਾਂ ਨੂੰ ਕਿ ਹਾਊ ਹਾਊ ਇੰਪੋਰਟੈਂਟ ਇਜ਼ ਹੈਲਥ ਐਂਡ ਫੂਡ ਹਾਂਜੀ ਬਸਾਈਡ ਸਾਡੀਆਂ ਜਿਹੜੀਆਂ ਮਾਰਨਿੰਗ ਪ੍ਰੇਜ਼ ਹੈ ਈਵਨਿੰਗ ਪ੍ਰੇਜ਼ ਹੈ ਜੀ ਮਤਲਬ ਇਟ ਵਿਲ ਇਟ ਵਿਲ ਡੈਫੀਨਿਟਲੀ ਹੈਵ ਅ ਬੈਨੀਫਿਟ ਔਨ आवर ਕਮਿਊਨਿਟੀ ਟੂ ਮੇਕ ਥਮ ਗੁੱਡ ਪਲੇਅਰਸ ਹਾਂ ਜੀ ਵੀ ਮਸਟ ਫਾਰਮ ਅ ਵੈਰੀ ਹੈਲਦੀ ਐਂਡ ਸਟਰੋਂਗ ਨੇਸ਼ਨ ਹਾਂ ਜੀ ਆਪ ਕਮਿਊਨਿਟੀ ਜਿੱਦਾਂ ਵੀ ਹੈ ਜੀ ਹਾਂ ਜੀ ਹੁਣ ਆਪਨੇ ਹੁਣ ਅਵਤਾਰ ਸਿੰਘ ਉਹਨਾਂ ਨੂੰ ਸੁਣਿਆ ਹੈ I hope the people who are listening, maybe there are not many young people, they might have gone to work, but those parents or whoever is listening will pass the message to the young people and to our community to get together and organize the sports section, which should be disciplined and organize the things which Abtar Singh has told us now, the key points. And he is international, uh, all over the world, he had been traveled. and has worked with various other teams so and uh, he is a respected person so therefore i would request ke jinniyan bhi apne community haiya sare milke apne naujawan bachiyan nu apan encourage kariye assi sare free hai gaye ਅ ਅਫਜ਼ਾ ਸਿੰਘ ਅਗੇ 10 ਵੀ ਯੂਗੁੰਡੇ ਦੀ ਟੀਮ ਦੇ ਵਿੱਚ ਖੇਲੇ ਮੇਰਾ ਛੋਟਾ ਬ੍ਰਦਰ ਅਜੈਬ ਸਿੰਘ ਉਹ ਵੀ ਖੇਲੇ ਉਹ ਵੀ ਤੁਹਾਨੂੰ ਆਏਗਾ ਹੁਣ ਸਾਰੇ ਮਿਲਣਗੇ ਥੋੜੀ ਦੇਰ ਵਿੱਚ ਤੇ ਹੋਰ ਵੀ ਸਾਰੇ ਮਨਜੀਤ ਸਿੰਘ ਇੱਥੇ ਜੋ ਲੋਕਲ ਹੋਕੀ ਦਾ ਲੁੱਕ ਆਫਟਰ ਕਰਦੇ ਨੇ ਉਹ ਵੀ ਆ ਕੇ ਤੁਹਾਨੂੰ ਗੱਲਾਂ ਦੱਸਣਗੇ ਤੇ ਇਹ ਸਾਰੀਆਂ ਪੁਆਇੰਟ ਤੁਸੀਂ ਦੇਖ ਕੇ ਆਪਾਂ ਨੂੰ ਕੋਈ ਨਾ ਕੋਈ ਕੰਮ ਕਰਨਾ ਪਾਏਗਾ ਜਿਹਦੇ ਨਾਲ ਆਪਣੇ ਨੌਜਵਾਨ ਬੱਚਿਆਂ ਨੂੰ ਆਪਾਂ ਆਪਣੀ ਗੇਮ ਦੇ ਵਿੱਚ ਸਪੋਰਟਸ ਦੇ ਵਿੱਚ ਆਰਗੇਨਾਈਜ਼ ਕਰਕੇ ਉਹਨਾਂ ਦਾ ਵੀ ਉਹਨਾਂ ਦੀ ਫਿਜ਼ੀਕਲੀ ਫਿਟਨੈਸ ਹੋਣ ਵਾਲੇ এডੂਕੇਸ਼ਨ ਦੇ ਵਿੱਚ ਤੱਕੜੇ ਹੋਣ ਤੇ ਆਪਣੇ ਗੇਮਾਂ ਦੇ ਵਿੱਚ ਅੱਗੇ ਜਾ ਕੇ ਆਪਣੀ ਕਮਿਊਨਿਟੀ ਦਾ ਨੋ ਉੱਚਾ ਕਰਨ ਤੇ ਇਸ ਤਰ੍ਹਾਂ ਦੀ ਲਾਈਫ ਹੋਣੀ ਚਾਹੀਦੀ ਹੈ ਹੁਰ ਤੁਸੀਂ ਹੁਣ ਲਾਸਟ ਤੇ ਤੁਸੀਂ ਕੀ ਐਡਵਾਈਸ ਦੇਣੀ ਚਾਹੋਗੇ ਐਂਡ ਐਟ ਦੀ ਐਂਡ ਆਫ ਦੀ ਡੇ ਵਾਟਸ ਯੂ ਵਾਂਟ ਟੂ ਸੇ ਟੂ ਦਾ ਯੰਗ ਪੀਪਲ ਐਂਡ ਟੂ ਦੀ ਕਮਿਊਨਿਟੀ ਐਜ਼ ਅ ਹੋਲ ਲੇਖੋ ਜੀ ਯੂਥ ਜਿਹੜਾ ਸਾਡਾ ਨਿਊ ਜਿਹੜੀ ਜਨਰੇਸ਼ਨ ਹੋਣੀ ਹੈ ਉਹਨਾਂ ਵਾਸਤੇ ਅਸੀਂ ਪ੍ਰੋਗਰਾਮ ਅਦਾ ਬਣਾਈਏ ਕਿ ਉਹਨਾਂ ਦੀ ਅਟੈਂਸ਼ਨਸ ਮਤਲਬ ਕਨਵਰਟ ਕਰੀਏ ਕਰਾਪ ਚੀਜ਼ਾਂ ਤੋਂ ਹੁਣ ਦੇ ਡਰਗਸ ਬਹੁਤ ਚੱਲ ਰਹੇ ਜੀ ਉਹ ਬਾਕੀ بڑے ਅਟਰੈਕਸ਼ਨ ਆ ਗਿਆ ਹੋਈਆਂ ਲਾਈਫ ਦੇ ਵਿੱਚ ਵੀਡੀਓ ਆ ਕੋਈ ਇਹ ਪੈਡ ਉਹ ਆ ਗਿਆ ਮਤਲਬ ਉਹ ਬੱਚੇ ਸਿਰਫ ਉਹ ਚੀਜ਼ਾਂ ਚ ਇੰਟਰਸਟ ਲੈ ਰਹੇ ਬਟ ਦੇ ਫੋਰਗੇਟਿੰਗ ਥੈਟ ਉਹਨਾਂ ਦੀ ਹੈਲਥ ਵੀ ਬਹੁਤ ਇੰਪੋਰਟੈਂਟ ਹੈ ਔਰ ਤੁਸੀਂ ਨੋਟ ਕੀਤਾ ਹੋਣਾ ਕਿ ਤੁਸੀਂ ਕਦੀ ਪੜਿਆ ਹੋਏਗਾ ਕਿ ਲੋਟ ਆਫ ਯੰਗਸਟਰਸ ਆ ਹੈਵਿੰਗ ਪ੍ਰੋਬਲਮ ਡਾਇਬੀਟਿਸ ਬਲੱਡ ਪ੍ਰੈਸ਼ਰ ਮਤਲਬ ਖਾਣ ਪੀਣ ਦਾ ਵੀ ਰੇਸ ਰੱਖਣਾ ਮਤਲਬ ਦੇਖੋ ਆਪਣੀ ਬੋਡੀ ਵਾਈ ਗੁਰੂ ਨੇ ਤੁਹਾਨੂੰ ਬੋਡੀ ਦੇਖੀ ਹੈ ਟੂ ਲੁੱਕ ਆਫਟਰ ਇਟ ਜੀ ਦੈਟਸ ਇਟ ਐਂਡ ਯੂ ਹੈਵ ਟੂ ਟੇਕ ਕੇਅਰ ਆਫ ਇਟ ਜੀ ਐਂਡ ਉਹ ਤੁਹਾਨੂੰ ਲੌਂਗ ਰਨ ਤੇ ਬਚਾ ਕੇ ਰੱਖੇਗੀ ਮਤਲਬ ਯੂ ਵਿਲ ਹੈਵ ਅ ਹੈਲਦੀ ਲਾਈਫ ਹਾਂਜੀ ਸੋ ਬਾਕੀ ਤਾਂ ਦੇਖੋ विदाउट अपने बाबा जी दे आशीर्वाद दे ना खुश हो ਰਿਹਾ ਨਹੀਂ ਸਕਦਾ ਹੁੰਦੀ ਬਿਲਕੁਲ ਤਾਂ ਮੈਂ ਸੋਚੀਏ ਆਪਣੇ ਬੱਚਿਆਂ ਨੂੰ ਮਤਲਬ ਆਪਣੇ ਸਿੱਖੀ ਜਮਦਾ ਬਹੁਤ ਕੁਝ ਦੱਸਣਾ ਚਾਹੀਦਾ ਕਿਉਂ ਇੱਕ ਰਿਲੀਜਨ ਹੈ ਜਿਹੜਾ ਰੀਅਲੀ ਜਿਹਨੂੰ ਤੁਸੀਂ ਕਹਿ ਸਕਦੇ ਆ ਵਨ ਆਫ ਦਾ ਬੈਸਟ ਰਿਲੀਜਨ ਇਨ ਦਾ ਓਨ ਦਾ ਵਰਲਡ ਆਪੋਰ ਕਈ ਜਟੇ ਵੀ ਹੁਣ ਮੰਨਦੇ ਆ ਕਈ ਕਾਲੇ ਵੀ ਸਾਡੇ ਬਹੁਤ ਮੰਨਦੇ ਆ ਕਿ ਸਾਡਾ ਸਿੰਪਲ ਰੀਜ਼ਨ ਹੈ ਬਟ ਵੈਰੀ ਵੈਰੀ ਸਟਰੋਂਗ ਐਂਡ ਵੈਰੀ ਵੈਰੀ ਸਿੰਪਲ ਐਂਡ ਇਟ ਹੈਜ਼ ਲੋਟ ਆਫ ਪਾਵਰ ਇਨ ਇਟ ਤੋ ਤੁਸੀਂ ਕਦੀ ਮਤਲਬ ਐਂਡ ਥਰੂ ਜਾਓ ਔਰ ਬੱਚਿਆਂ ਨੂੰ ਦੱਸੋ ਕਿ ਇਹਦਾ ਮਤਲਬ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੈ ਉਹ ਕੋਈ ਛੋਟੀ ਜਿਹੀ ਭੁੱਖ ਨਹੀਂ ਆਗੀ ਕਿ ਅਦਾ ਬਾਈਬਲ ਜਾਂ ਕੁਰਾਨ ਇਹ ਗੁਰੂ ਗ੍ਰੰਥ ਸਾਹਿਬ ਜੀ ਹੈ ਸਾਡੇ ਗੁਰੂ ਹੈ ਗੁਰੂ ਆ ਬਿਲਕੁਲ ਹਾਂਜੀ ਉਹ ਜਦੋਂ ਤੁਸੀਂ ਇਹਨੂੰ ਅੰਡਰਸਟੈਂਡ ਕਰੋਗੇ ਇਹਨੂੰ ਪੜੋਗੇ ਚਿਤਨਾ ਸਟੱਡੀ ਕਰੋਗੇ ਇਹ ਤੁਹਾਨੂੰ ਬਹੁਤ ਪਾਵਰ ਦੇਗੀ ਇਸ ਇਸ ਵਨ ਆਫ ਦਾ ਵਨ ਆਫ ਦਾ ਸਟਰੋਂਗੇਸਟ ਰਿਲੀਜੀਅਨ ਇਨ ਦਾ ਵਰਲਡ ਦੈਟਸ ਗ੍ਰੇਟ ਜਣੀ ਗੁਰੂ ਮਹਾਰਾਜ ਦੀ ਵੀ ਜਿਹੜੀ ਬਣੀ ਹੈ ਗੁਰੂ ਮਹਾਰਾਜ ਆਪਣੇ ਗੁਰਾਂ ਦੇ ਲਈ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਮੈਰਾਥਨ ਵਾਕਰ ਸੀਗੇ ਮਾਈਲ ਇਸ ਐਂਡ ਮਾਈਲ ਚੱਲਦੇ ਸੀਗੇ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆ ਕੇ ਇੰਟਰੋਡਿਊਸ ਕੀਤੀਆਂ ਖੇਡਾਂ ਸਪੋਰਟਸ ਸਿੱਖਦੇ ਆ ਰੈਸਲਿੰਗ ਉਹ ਸਾਰਾ ਹਮਾਇਓ ਜਦੋਂ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਮਿਲਣਾ ਆ ਆ ਕੇ ਖੜ ਗਿਆ आई एक्सपेक्ट ਕਰਦਾ ਕਰਦਾ ਕਿ ਮੈਨੂੰ ਸलाम ਕਰੇਗੇ ਉਹ ਕਰੇਗੇ ਗੁਰੂ ਮਹਾਰਾਜ ਬੱਚਿਆਂ ਨੂੰ ਕਲਾ ਰਏ ਸੀ ਉਹਨਾਂ ਨੇ ਕਨਸੈਂਟ੍ਰੇਸ਼ਨ ਉੱਥੇ ਰੱਖੀ ਤਾਂ ਉਹਨੇ ਆਪਣੀ ਕਿਰਪਾਨ ਤੇ ਹੱਥ ਪਾ ਕੇ ਆਇਆ ਕਿਹਾ ਕਿ ਮੇਰੇ ਮੈਨੂੰ ਇਹਨੇ ਸलाम ਨਹੀਂ ਕੀਤੀ ਤੇ ਮਹਾਰਾਜ ਨੇ ਟਰਨ ਹੋ ਕੇ ਉਹਨੂੰ ਕਿਹਾ ਕਿ ਤੂੰ ਹੁਣ ਇੱਥੇ ਕਿਰਪਾਨ ਕੱਢਦਾ ਹੈ ਇੱਥੇ ਕਿਰਪਾਨ ਕੱਢਣ ਦਾ ਕੰਮ ਨਹੀਂ ਜਿੱਥੇ ਤੂੰ ਲੜਨਾ ਸੀ ਉੱਥੇ ਤੂੰ ਹਾਰ ਕੇ ਆ ਗਿਆ ਤੇ ਹੁਣ ਤੂੰ ਇੱਥੇ ਉਹਨੂੰ ਸਮਝ ਗਿਆ ਮਹਾਰਾਜ ਤੋਂ ਮਾਫੀ ਮੰਗੀ ਔਰ ਅਸ਼ੀਰਵਾਦ ਲਈ ਫਿਰੋਜ਼ੀ ਜਿੱਤ ਵੀ ਹੋਈ ਬਾਅਦ ਵਿੱਚ ਆਪਣੇ ਸਾਰੇ ਗੁਰਾਂ ਦੇ ਛੇਵੇਂ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਾਰਸ਼ਲਾ ਮਾਰਸ਼ਲਰ ਇੰਟਰਗਾਤਾ ਸੋਰਸਮਨਸ਼ਿਪ ਹORS RIDING एवरीथिंग ਗੁਰੂ 10ਵੇਂ ਪਾਸ਼ਾ ਨੇ ਤੱਕ ਮਾਲ ਕਰਤੀ ਖਾਲਸੇ ਦਾ ਜਿੰਨੀ ਦੇਰ ਤੱਕ ਖਾਲਸਾ ਕੋਈ ਫਿਟ ਨਹੀਂ ਨਾ ਕੋਈ ਉਹ ਤਾਂ ਸਿੱਖ ਹੀ ਨਹੀਂ ਪੂਰਾ ਹੈ ਜਰ ਪੂਰਾ ਫਿਟ ਹੀ ਨਹੀਂ ਹੈ ਫਿਟਨੈਸ ਤਾਂ ਮੋਸਟ ਇੰਪੋਰਟੈਂਟ ਪਾਰਟ ਹੈਗਾ ਜਿਹਦੇ ਨੂੰ ਹੁਣ ਜਿਹੜੀ ਤੁਸੀਂ ਅਚੀਵਮੈਂਟਾਂ ਕੀਤੀਆਂ ਉਹ ਤੁਹਾਡੀ ਖੁਦ ਦੀ ਮਿਹਨਤ ਤੁਹਾਡੇ ਮਾਤਾ ਪਿਤਾ ਦੀ ਕੋਆਪਰੇਸ਼ਨ ਹਾਂ اور ਕਮਿਊਨਿਟੀ ਦੀ ਬੈਕਿੰਗ ਐਸ ਵੈਲ ਸਾਰਾ ਮਿਲ ਕੇ ਔਰ ਤੁਸੀਂ ਇਹਨੂੰ ਸੰਭਾਲ ਕੇ ਰੱਖਿਆ ਉਹਦੇ ਨਾਲ ਵਾਖਰ ਦੀ ਬਖਸ਼ਿਸ਼ ਹੋ ਗਈ ਤੇ ਇਹ ਸਾਰਿਆਂ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਆਪਣੇ ਸੱਜਣ ਜੋ ਆਪਣੇ ਰੂਲ ਮਾਡਲ ਹਨ ਉਹ ਆਪੇ ਆ ਕੇ ਆਪਣੇ ਸਟੂਡੀਓ ਦੇ ਵਿੱਚ ਨੌਜਵਾਨਾਂ ਨੂੰ ਮੈਸੇਜ ਪਾਸ ਕਰਨ ਤਾਂ ਕਿ ਸਾਰੇ ਆਪਾਂ ਨਾਲ ਮਿਲ ਕੇ ਇਸ ਤਰ੍ਹਾਂ ਦਾ ਕੋਈ ਕੰਮ ਕਰ ਸਕੀਏ ਜਿਹਦੇ ਵਿੱਚ ਆਪਣੀ ਸਾਰੀ ਕਮਿਊਨਿਟੀ ਦਾ ਭਲਾ ਹੋਵੇ ਜੇ ਇੰਨੇ ਇੰਨੇ ਮੈਸੇਜ ਐਕਸੈਪਟ ਕਰਨਾ ਤੇ ਹੁਣ ਮੇਰੇ ਖਿਆਲ ਅਸੀਂ ਫਤਿਹ ਬੁਲਾਨੇ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ